ਸਾਤਸ਼੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਅੱਜ ਦੀ ਕਲਾਸ ਵਿੱਚ 7th ਕਲਾਸ ਦੀ NCERT ਦਾ ਸਬਜੈਕਟ ਜੀਓਗ੍ਰਾਫੀ 3rd ਲੈਸਨ ਜਿਹਦਾ ਨਾਮ ਹੈਗਾ ਅਵਰ ਚੇਂਜਿੰਗ ਅਰਥ ਕਿ ਸਾਡੀ ਬਦਲਦੀ ਧਰਤੀ ਆਪਣੀ ਧਰਤੀ ਨੂੰ ਬਦਲਣ ਦੇ ਵਿੱਚ ਜਿਹੜੇ ਵੀ ਜੜੀਆਂ ਫੋਰਸਿਜ਼ ਕੰਮ ਕਰਦੀਆਂ ਨੇ ਉਹਨਾਂ ਬਾਰੇ ਸਮਝਾਂਗੇ ਇਸ ਪਾਰਟ ਦੇ ਵਿੱਚ 10-12 ਟਰਮਸ ਨੇ ਸਿਰਫ ਤੁਸੀਂ ਸੁਣ ਲਿਓ ਐਂਡ ਸਮਝ ਲਿਓ ਇਹਨਾਂ ਧਿਆਨ ਦਿਓ ਕਿ ਇੱਥੇ ਜਿਹੜੇ ਕਨਸੈਪਟ ਲਿਖੇ ਹੋਏ ਨੇ ਅੰਗਰੇਜ਼ੀ ਵਿੱਚ ਲਿਖੇ ਹੋਏ ਨੇ ਮੈਂ ਤਾਂ ਤੁਹਾਨੂੰ ਪੰਜਾਬੀ ਵਿੱਚ ਸਮਝਾ ਰਿਹਾ ਬਹੁਤ ਹੀ ਵਧੀਆ ਤਰੀਕੇ ਨਾਲ ਐਕਸਪਲੇਨ ਕਰੂੰਗਾ ਐਂਡ ਇਹ ਵੀਡੀਓ ਤੁਹਾਡੇ सीटेट ਪੀਐਸਟ ਐਗਜ਼ਾਮ ਲਈ ਕਾਫੀ ਇੰਪੋਰਟੈਂਟ ਹੈ ਗਿਆ ਈਵੀਐਸ ਦੀ ਤਿਆਰੀ ਕਰ ਰਹੇ ਸਟੂਡੈਂਟ ਐਸਐਸਟੀ ਦੀ ਤਿਆਰੀ ਕਰ ਰਹੇ ਸਟੂਡੈਂਟ ਇਸ ਵੀਡੀਓ ਨੂੰ ਬੜੇ ਹੀ ਧਿਆਨ ਨਾਲ ਸੁਣਨ ਐਂਡ ਸਮਝਣ ਸੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਆਪਣੀ ਵੀਡੀਓ ਦੀ ਕਲਾਸ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਐਂਡ ਵੀਡੀਓ ਨੂੰ ਲਾਈਕ ਕਰ ਦਿਓ ਗੱਲ ਕਰ ਰਹੇ ਆਪਾਂ ਅਵਰ ਚੇ ਆਪਣੀ ਜਿਹੜੀ ਧਰਤੀ ਆ ਨਾ ਇਸ ਤੋਂ ਪਹਿਲਾਂ ਵਾਲੇ ਪਾਠ ਵਿੱਚ ਮੈਂ ਤੁਹਾਨੂੰ ਕੀ ਸਮਝਾਇਆ ਸੀਗਾ ਇਸ ਤੋਂ ਪਹਿਲਾਂ ਵਾਲੇ ਪਾਠ ਵਿੱਚ ਆਪਾਂ ਸਮਝਾ ਸੀਗਾ ਕਿ ਆਪਣਾ ਜਿਹੜਾ ਲਿਥੋਸਫੇਅਰ ਹੈ ਥਲ ਮੰਡਲ ਹੈ ਇਹਦੇ ਵਿੱਚ ਕਾਫੀ ਸਾਰੀਆਂ ਪਲੇਟਸ ਵੇਖਣ ਨੂੰ ਮਿਲਦੀਆਂ ਨੇ ਆਪਣੀ ਧਰਤੀ ਦੇ ਅੰਦਰ ਜ਼ਮੀਨ ਦੇ ਅੰਦਰ ਪਲੇਟਸ ਹੈਗੀਆਂ ਨੇ ਮੂਵ ਕਰਦੀਆਂ ਰਹਿੰਦੀਆਂ ਨੇ ਕੋਰ ਦੀ ਗੱਲ ਸਮਝੀ ਸੀਗੀ ਅੰਦਰੂਨੀ ਕੋਰ ਬਾਹਰੀ ਕੋਰ ਉਹ ਇੰਨਾ ਜ਼ਿਆਦਾ ਕਹਿ ਸਕਦੇ ਆ ਗਰਮ ਹੁੰਦੀ ਆ ਕਿ ਪਿਗਲ ਜਾਂਦੀਆਂ ਨੇ ਹਿਲਜੁਲ ਹੁੰਦੀ ਰਹਿੰਦੀ ਆ ਹਿਲਜੁਲ ਹੋਣ ਕਰਕੇ ਕੁਝ ਮੂਵਮੈਂਟਸ ਹੁੰਦੀਆਂ ਨੇ ਦੋ ਤਰ੍ਹਾਂ ਦੀਆਂ ਮੂਵਮੈਂਟਸ ਜਾਂ ਫਿਰ ਦੋ ਤਰ੍ਹਾਂ ਦੀਆਂ ਜਿਹੜੀਆਂ ਸ਼ਕਤੀਆਂ ਨੇ ਉਹ ਕੰਮ ਕਰਦੀਆਂ ਨੇ ਜਦੋਂ ਵੀ ਆਪਾਂ ਗੱਲ ਕਰਦੇ ਹਾਂ ਇਹਨਾਂ ਫੋਰਸਸ ਦੀ ਤੇ ਉਹ ਜਿਹੜੀਆਂ ਦੋ ਫੋਰਸਸ ਨੇ ਜਾਂ ਫਿਰ ਕਹਿ ਸਕਦੇ ਹਾਂ ਕਿ ਜਿਹੜੀਆਂ ਲਿਥੋਸਫੇਰਿਕ ਪਲੇਟਸ ਨੇ ਇਹਨਾਂ ਦੇ ਹਿਲਜੁਲ ਹੋਣ ਕਰਕੇ ਕੋਈ ਭੂ-ਆਕ੍ਰਿਤੀ ਕ੍ਰੀਏਟ ਹੋ ਜਾਂਦੀ ਹੈ ਲੈਂਡਫਾਰਮ ਕ੍ਰੀਏਟ ਹੋ ਜਾਂਦੀ ਹੈ ਜਿਵੇਂ ਕਈ ਵਾਰ ਪਹਾੜ ਬਣ ਜਾਂਦੇ ਆ ਵੋਲਕੈਨਿਕ ਇਰਪਸ਼ਨ ਹੋ ਜਾਂਦਾ ਆ ਜਿਵੇਂ ਜਵਾਲਾਮੁਖੀ ਫਟ ਜਾਂਦਾ ਆ ਭੁਚਾਲ ਆ ਜਾਂਦਾ ਆ ਸੋ ਇਹਨਾਂ ਸਾਰੀਆਂ ਗੱਲਾਂ ਨੂੰ ਬੜੇ ਹੀ ਡਿਟੇਲ ਨਾਲ ਸਮਝਾਂਗੇ ਸੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਸਮਝਾ ਰਿਹਾ ਸੀਗਾ ਕਿ ਆਪਣੀ ਜੜੀ ਧਰਤੀ ਹੈਗੀ ਆ ਲਿਥੋਸਫੇਰਿਕ ਪਲੇਟਸ ਵੇਖਣ ਨੂੰ ਮਿਲਦੀਆਂ ਨੇ ਲਿਥੋਸਫੇਰਿਕ ਪਲੇਟਸ ਦੇ ਹਿਲਜੁਲ ਹੋਣ ਕਰਕੇ ਤੁਹਾਨੂੰ ਜਿਹੜੀਆਂ ਭੂਆਕਿਰਤੀਆਂ ਨੇ ਵੇਖਣ ਨੂੰ ਮਿਲਦੀਆਂ ਨੇ ਐਂਡ ਦੋ ਤਰ੍ਹਾਂ ਦੀਆਂ ਸ਼ਕਤੀਆਂ ਨੇ ਧਿਆਨ ਨਾਲ ਸੁਣੀ ਜਾਇਓ ਦੋ ਤਰ੍ਹਾਂ ਦੀਆਂ ਸ਼ਕਤੀਆਂ ਹੁੰਦੀਆਂ ਨੇ ਜਿਹੜੀਆਂ ਕਿ ਇਸ ਚੀਜ਼ ਤੇ ਕੰਮ ਕਰਦੀਆਂ ਨੇ ਉਹ ਦੋ ਫੋਰਸੇਜ਼ ਦੇ ਨਾਮ ਕੀ ਹੈਗੇ ਆ ਸਭ ਤੋਂ ਪਹਿਲਾਂ ਜਿਹੜੀ ਫੋਰਸ ਹੈਗੀ ਆ ਜਿਹਦਾ ਨਾਮ ਹੈ ਗਿਆ ਐਂਡੋਜਨ ਐ ਐਂਡੋਜੈਨਿਕ ਫੋਰਸੇਜ਼ ਕੀ ਨਾਮ ਹੈ ਗਿਆ ਐਂਡੋ ਜਾਨਿਕ ਫੋਰਸੇਸ ਇੱਥੇ ਉਹ ਲਿਖਣੀ ਮੈਂ ਭੁੱਲ ਗਿਆ ਐਂਡੋਜੈਨਿਕ ਫੋਰਸੇਸ ਇੱਕ ਹੁੰਦੀ ਹੈ ਐਂਡੋਜੈਨਿਕ ਫੋਰਸੇਸ ਤੇ ਦੂਜੀ ਜਿਹੜੀ ਫੋਰਸ ਹੁੰਦੀ ਹੈ ਉਹਨੂੰ ਆਪਾਂ ਕਹਿੰਦੇ ਆ ਐਕਸੋਜੈਨਿਕ ਐਂਡੋਜੈਨਿਕ ਐਕਸੋਜੈਨਿਕ ਐਂਡੋਜੈਨਿਕ ਤੁਸੀਂ ਯਾਦ ਕਰ ਲੈਣਾ ਆ ਜਿਹੜੀ ਧਰਤੀ ਦੇ ਅੰਦਰ ਫੋਰਸ ਕੰਮ ਕਰਦੀ ਹੋਵੇ ਧਰਤੀ ਦੇ ਅੰਦਰ ਜਿਹੜੀ ਕਿ ਸਾਨੂੰ ਵਿਖ ਨਹੀਂ ਰਹੀ ਹਜੇ ਫੋਰਸ ਉਹ ਵਾਲੀ ਧਰਤੀ ਦੇ ਅੰਦਰ ਕੰਮ ਕਰਦੀ ਆ ਉਹ ਹੈਗੀ ਐਂਡੋਜੈਨਿਕ ਫੋਰਸ ਐਕਸੋਜੈਨਿਕ ਹੁੰਦਾ ਐਕਸੋ ਦਾ ਮਤਲਬ ਹੀ ਬਾਹਰ ਹੁੰਦਾ ਆ ਐਕਸੋਜੈਨਿਕ ਫੋਰਸ ਜਿਹੜੀ ਕਿ ਧਰਤੀ ਦੇ ਬਾਹਰ ਕੰਮ ਕਰਦੀ ਆ ਜਿਹਦੇ ਨਾਲ ਆਪਣੀ ਧਰਤੀ ਦੇ ਵਿੱਚ ਧਰਤੀ ਦੇ ਸ਼ੇਪ ਵਿੱਚ ਤਬਦੀਲੀ ਆਉਂਦੀ ਆ ਉਹਨੂੰ ਤੁਸੀਂ ਐਕਸੋਜੈਨਿਕ ਫੋਰਸਸ ਕਹਿੰਦੇ ਹੋ ਐਂਡੋਜੈਨਿਕ ਦੇ ਮੈਂ ਐਗਜ਼ਾਮਪਲ ਦੇਣਾ ਜਿਹੜੀਆਂ ਕਿ ਧਰਤੀ ਦੇ ਵਿੱਚ ਬਣਦੀਆਂ ਨੇ ਜਿਹੜੀਆਂ ਕਿ ਫੋਰਸਸ ਧਰਤੀ ਦੇ ਅੰਦਰ ਕੰਮ ਕਰਦੀਆਂ ਨੇ ਅਰਥਕਵੇਕ ਅਰਥਕਵੇਕ ਜਿਹੜੀ ਸਟਾਰਟ ਹੁੰਦੀ ਆ ਜਿਹੜਾ ਪੁਚਾਲ ਆ ਸਟਾਰਟ ਹੁੰਦਾ ਆ ਕਦੇ ਤੁਸੀਂ ਵੇਖਿਆ ਕਿ ਕਿੱਥੋਂ ਸਟਾਰਟ ਹੋ ਰਿਹਾ ਆਪਾਂ ਪਤਾ ਜ਼ਰੂਰ ਲਗਾ ਲੈਨੇ ਆ ਪਰ ਆਪਾਂ ਐਗਜੈਕਟਲੀ ਉਹ ਜਗ੍ਹਾ ਨਹੀਂ ਵੇਖ ਸਕਦੇ ਜਿੱਥੋਂ ਅਰਥਕਵਿਕ ਸਟਾਰਟ ਹੋਇਆ ਸੀ ਸੋ ਉਹ ਕਿੱਥੋਂ ਕੰਮ ਕਰ ਰਿਹਾ ਧਰਤੀ ਦੀਆਂ ਜਿਹੜੀਆਂ ਪਲੇਟਾਂ ਨੇ ਉਹਨਾਂ ਦੀ ਹਿਲਜੁਲਣੋਂ ਕਰਕੇ ਅਰਥਕਵਿਕ ਪਹਛਾਲ ਆਉਂਦਾ ਆ ਇਸੇ ਤਰ੍ਹਾਂ ਹੀ ਜਿਹੜਾ ਜਵਾਲਾਮੁਖੀ ਆ ਤੇ ਲੈਂਡਸਲਾਈਡ ਹੈ ਜੀ ਜਿਵੇਂ ਕਿ ਕਈ ਵਾਰ ਪਰਬਤਾਂ ਦੇ ਉੱਤੇ ਜਾਂਦੇ ਹੋ ਤੁਸੀਂ ਹਿਮਾਚਲ ਮਨਾਲੇ ਸ਼ਿਮਲੇ ਵਗੈਰਾ ਜਾਂਦੇ ਹੋ ਤੇ ਕਈ ਵਾਰ ਉੱਤੇ ਪਹਛਾਲ ਦੀਆਂ ਘਟਨਾਵਾਂ ਤੁਸੀਂ ਸੁਣਦੇ ਰਹਿੰਨੇ ਹੋ ਉਹਨਾਂ ਲੈਂਡਸਲਾਈਡਸ ਦੀ ਆਪਾਂ ਘਟਨਾਵਾਂ ਸੁਣਦੇ ਰਹਿੰਨੇ ਆ ਸੋ ਉੱਥੇ ਇਹਦੀ ਵੀ ਗੱਲ ਕੀਤੀ ਗਈ ਆ ਕਿ ਇਹ ਸਾਰ ਕੀੜੀਆਂ ਫੋਰਸੇਜ਼ ਹੁੰਦੀਆਂ ਨੇ ਐਂਡੋਜੈਨਿਕ ਫੋਰਸੇਜ਼ ਐਕਸੋਜੈਨਿਕ ਫੋਰਸੇਜ਼ ਦੇ ਵਿੱਚ ਜਿਹੜੀਆਂ ਫੋਰਸੇਜ਼ ਬਾਹਰੋਂ ਕੰਮ ਕਰਦੀਆਂ ਨੇ ਬਾਹਰੋਂ ਜਿਵੇਂ ਕਿ ਇਰੋਜ਼ਨਲ ਜਾਂ ਫਿਰ ਡਿਪੋਜੀਸ਼ਨਲ ਕਿ ਇੱਕ ਥਾਂ ਤੋਂ ਜਿਹੜੀ ਮਿੱਟੀ ਸੀਗੀ ਜ਼ਮੀਨ ਸੀਗੀ ਪੱਥਰ ਸੀਗੇ ਚੁੱਕ ਕੇ ਲੈ ਜਾਂਦੇ ਗਏ ਦੂਜੀ ਥਾਂ ਤੇ ਸਿੱਟ ਦਿੱਤੇ ਗਏ ਕੀ ਇਹ ਕੰਮ ਆਪਾਂ ਕਰਦੇ ਆਂ ਨਹੀਂ ਆਪਾਂ ਨਹੀਂ ਇਹ ਕੰਮ ਕਰਦੇ ਇਹ ਜਿਹੜੀਆਂ ਨਦੀਆਂ ਹੁੰਦੀਆਂ ਨੇ ਹਵਾਵਾਂ ਹੁੰਦੀਆਂ ਨੇ ਸਮੁੰਦਰ ਦੀਆਂ ਲਹਿਰਾਂ ਹੁੰਦੀਆਂ ਨੇ ਐਂਡ ਗਲੇਸ਼ੀਅਰ ਜਿਹੜੇ ਹੁੰਦੇ ਆ ਇਹਨਾਂ ਦੁਆਰਾ ਇਹ ਕੰਮ ਕੀਤਾ ਜਾਂਦਾ ਕਿ ਇਹ ਕੰਮ ਕਰਨ ਦੇ ਵਿੱਚ 2-4 ਦਿਨ ਲੱਗਦੇ ਆ ਨਹੀਂ ਲੱਖਾਂ ਸਾਲ ਲੱਗ ਜਾਂਦੇ ਆ ਹੁਣ ਇਹਨਾਂ ਨੂੰ ਡਿਟੇਲ ਵਿੱਚ ਵੀ ਸਮਝ ਲੈਣੇ ਆ ਕਿ ਇਹਨਾਂ ਦੁਆਰਾ ਕਿਹੜੀਆਂ ਸ਼ਿਪਸ ਬਣਾਈਆਂ ਜਾਂਦੀਆਂ ਨੇ ਧਿਆਨ ਨਾਲ ਸੁਣ ਲਿਓ ਸਟਾਰਟਿੰਗ ਤੋਂ ਸ਼ੁਰੂਆਤ ਕੀਤੀ ਸੀਗੀ ਐਂਡੋਜੈਨਿਕ ਐਕਸੋਜੈਨਿਕ ਐਂਡੋਜੈਨਿਕ ਧਰਤੀ ਦੇ ਅੰਦਰ ਜਿਹੜੀਆਂ ਫੋਰਸਿਸ ਕੰਮ ਕਰਦੀਆਂ ਨੇ ਐਕਸੋਜੈਨਿਕ ਦੀਆਂ ਧਰਤੀ ਤੋਂ ਬਾਹਰ ਫੋਰਸਿਸ ਕੰਮ ਕਰਦੀਆਂ ਨੇ ਐਂਡੋਜੈਨਿਕ ਫੋਰਸਿਸ ਦੀ ਸਭ ਤੋਂ ਪਹਿਲਾਂ ਗੱਲ ਕਰ ਰਹੇ ਆ ਸਭ ਤੋਂ ਪਹਿਲਾਂ ਜਵਾਲਾਮੁਖੀ ज्वालामुखी ਦੀ ਜਦੋਂ ਆਪਾਂ ਗੱਲ ਕਰਦੇ ਆ ਪਹਿਲਾ ਵਾਲੇ ਚੈਪਟਰ ਵਿੱਚ ਸਮਝਾ ਸੀਗਾ ਕਿ ਆਪਣੇ ਧਰਤੀ ਦੇ ਅੰਦਰ ਕਾਫੀ ਜ਼ਿਆਦਾ ਗਰਮ ਜਿਹੜੀ ਕਹਿ ਸਕਦੇ ਆ ਕਿ ਪੱਥਰ ਚਟਾਨਾ ਜਿਹੜੀਆਂ ਹੁੰਦੀਆਂ ਨੇ ਜ਼ਿਆਦਾ ਗਰਮੀ ਕਰਕੇ ਪਿਘਲ ਜਾਂਦੀਆਂ ਨੇ ਹੁਣ ਜ਼ਿਆਦਾ ਗਰਮੀ ਕਰਕੇ ਜੇ ਅੰਦਰ ਸਭ ਤੋਂ ਅੰਦਰ ਚਟਾਨਾ ਪਿਘਲ ਗਈਆਂ ਤੇ ਉਹਨਾਂ ਨੇ ਬਾਹਰ ਵੀ ਤਾਂ ਆਣਾ ਆ ਤੇ ਬਾਹਰ ਆਉਣ ਲਈ ਉਹਨਾਂ ਨੂੰ ਜਵਾਲਾਮੁਖੀ ਦਾ ਜਿਹੜਾ ਮੂੰਹ ਹੁੰਦਾ ਨਾ ਉਹ ਸਹੀ ਹੁੰਦਾ ਕਿਉਂਕਿ ਉਹ ਬੜੀ ਵੀਕ ਜੀ ਸਰਫੇਸ ਹੁੰਦੀ ਆ ਤੇ ਉਹਦੇ ਵਿੱਚੋਂ ਦੀ ਜਵਾਲਾਮੁਖੀ ਨਿਕਲ ਆਉਂਦਾ ਹੁੰਦਾ ਹੁੰਦਾ ਸੋ ਜਵਾਲਾਮੁਖੀ ਕੀ ਕਰਦਾ ਆ ਜਵਾਲਾਮੁਖੀ ਅੰਦਰੋਂ ਮਤਲਬ ਕੀ ਬਣ ਗਿਆ ਤੇ ਉਹ ਬਾਹਰ ਆ ਗਿਆ ਫਟ ਗਿਆ ਸਵਾਹ ਵਗੈਰਾ ਸੀਗੀ ਮੈਗਮਾ ਸੀ ਲਾਵਾ ਸੀ ਉਹ ਸਾਰਾ ਬਾਹਰ ਆ ਗਿਆ ਠੀਕ ਹੈ ਜੀ ਤੇ ਇਹਨੂੰ ਆਪਾਂ ਵਲਕੇਨੋ ਕਹਿੰਦੇ ਆ ਵਲਕੇਨੋ ਵਲਕੇਨੋ ਕੀ ਹੈ ਜੀ ਇੱਕ ਐਂਡੋਜੈਨਿਕ ਫੋਰਸਿਸ ਹੈਗੀ ਆ ਤੇ ਇਹ ਵਲਕੇਨੋ ਨਾਲ ਜਿਹੜੇ ਕਹਿ ਸਕਦੇ ਆ ਜੋ ਵੀ ਇਹਦਾ ਮਲਬਾ ਜਾਂ ਬਾਹਰ ਆਈ ਜਾਊਗਾ ਉਹਦੇ ਨਾਲ ਵੀ ਪर्वਤ ਸਟਾਨਾ ਬਣ ਜਾਂਦੀਆਂ ਨੇ ਐਨੀ ਗੱਲ ਕਲੀਅਰ ਹੋ ਗਈ ਦੂਜੇ ਨੰਬਰ ਤੇ ਆਪਾਂ ਗੱਲ ਕਰਦੇ ਆ ਪੁਚਾਲ ਦੀ ਅਰਥਕ ਵਿਵੇਕ ਦੀ ਅਰਥਕਵੇਕ ਵੀ ਕੀ ਆ ਇੱਕ ਐਂਡੋਜੈਨਿਕ ਫੋਰਸਿਸ ਆ ਹੁਣ ਅਰਥਕਵੇਕ ਜਿਹੜਾ ਹੈਗਾ ਆ ਧਰਤੀ ਦੇ ਵਿੱਚ ਜਿਹੜੀਆਂ ਪਲੇਟਾਂ ਨੇ ਉਹਨਾਂ ਦੇ ਵਿੱਚ ਹਿਲਜੁਲ ਹੁੰਦੀ ਆ ਪਲੇਟਾਂ ਖਿਸਕਦੀਆਂ ਨੇ ਇੱਧਰ ਤੋਂ ਉੱਧਰ ਜਿਹਦੇ ਨਾਲ ਭੁਚਾਲ ਆਉਂਦੇ ਹੈਗੇ ਆ ਐਂਡ ਭੁਚਾਲ ਜਿੱਥੇ ਆਉਂਦਾ ਆ ਮੰਨ ਲਓ ਭੁਚਾਲ ਆ ਰਿਹਾ ਤੇ ਭੁਚਾਲ ਦੇ ਵਿੱਚ ਨਾ ਆਪਾਂ ਦੋ ਟਰਮਸ ਬਹੁਤ ਜ਼ਿਆਦਾ ਜ਼ਰੂਰੀ ਨੇ ਇੱਕ ਤਾਂ ਹੈ ਜੀ ਫੋਕਸ ਦੂਜੇ ਨੰਬਰ ਤੇ ਹੈ एपिसੈਂਟਰ ਇੱਕ ਤਾਂ ਹੈ ਫੋਕਸ ਦੂਜੇ ਨੰਬਰ ਤੇ ਹੈ एपिसੈਂਟਰ ਫੋਕਸ ਕੀ ਹੁੰਦਾ ਆ ਮੰਨ ਲਓ ਜਿੱਥੇ ਮੈਂ ਖੜਾ ਆ ਜਿੱਥੇ ਮੈਂ ਖੜਾ ਆ ਰੱਬ ਨਾ ਕਰੇ ਪਹਜਾਲਾਵੇ ਬਟ ਮੰਨ ਲਓ ਕਿ ਇੱਥੇ ਪਹਜਾਲਾ ਗਿਆ ਮੰਨ ਲੈਨੇ ਆ ਕਿ ਪਹਜਾਲਾ ਗਿਆ ਤੇ ਜਿੱਥੇ ਮੈਂ ਖੜਾ ਆ ਇਹ ਕੀ ਆ ਇਹ ਦਾ ਇਹਦਾ ਬਣਿਆ ਐਪੀ ਸੈਂਟਰ ਪਰ ਜਿੱਥੋਂ ਸਟਾਰਟ ਹੋਇਆ ਪਹਜਾਲ ਮਤਲਬ ਕਿ ਧਰਤੀ ਦੇ ਅੰਦਰੋਂ ਸਟਾਰਟ ਹੋਇਆ ਨਾ ਮੇਰੇ ਜਿੱਥੇ ਖੜਾ ਆ ਉੱਤੇ ਸਰਫੇਸ ਤੋਂ ਸਟਾਰਟ ਨਹੀਂ ਹੋਇਆ ਸੋ ਜਿੱਥੇ ਸਟਾਰਟ ਹੋਇਆ ਵਾ ਜਿੱਥੋਂ ਸਟਾਰਟ ਹੋ ਰਿਹਾ ਧਰਤੀ ਦੇ ਅੰਦਰੋਂ ਉਹਨੂੰ ਤੁਸੀਂ ਕਹਿੰਨੇ ਹੋ ਫੋਕਸ ਉਹਨੂੰ ਕੀ ਕਹਿੰਨੇ ਹੋ ਫੋਕਸ ਜਿਵੇਂ ਮੈਂ ਇੱਕ ਡਾਇਗਰਾਮ ਜੀ ਥਰੂ ਬਣਾ ਕੇ ਦੱਸ ਦਿੰਨਾ ਜੇ ਮੰਨ ਲਓ ਕਿ ਮੈਂ ਇੱਥੇ ਖੜਾ ਆ ਮੈਂ ਇੱਥੇ ਖੜਾ ਤੇ ਆਹ ਵਾਲੀ ਜਿਹੜੀ ਜਗ੍ਹਾ ਹੈਗੀ ਹੈ ਨਾ ਇਹਨੂੰ ਐਪੀਸੈਂਟਰ ਕਵਾਂਗੇ ਐਪੀਸੈਂਟਰ ਕਵਾਂਗੇ ਐਪੀਸੈਂਟਰ ਐਪੀਸੈਂਟਰ ਧਿਆਨ ਨਾਲ ਸੁਣੀ ਜਾਓ ਐਪੀਸੈਂਟਰ ਤੇ ਆਹ ਜਿਹੜਾ ਜਗ੍ਹਾ ਹੈਗੀ ਸੀ ਜਿੱਥੋਂ ਇਹ ਪੁਚਾਰਲ ਸਟਾਰਟ ਹੋਇਆ ਜਿੱਥੋਂ ਅੱਗੇ ਜਾ ਕੇ ਵਧਿਆ ਇਹ ਇਹਨੂੰ ਕੀ ਕਵਾਂਗੇ ਇਹਨੂੰ ਆਪਾਂ ਫੋਕਸ ਕਹਿੰਦੇ ਆ ਕੀ ਕਹਿੰਦੇ ਆ ਫੋਕਸ ਫੋਕਸ ਐਂਡ ਐਪੀਸੈਂਟਰ ਅਰਥਕ ਵਿਗਿਆ ਇੱਕ ਵਾਰੇ ਪਤਾ ਲੱਗ ਗਿਆ ਵਲਕੈਨੋ ਬਾਰੇ ਪਤਾ ਲੱਗ ਗਿਆ ਕਿ ਵਲਕੈਨੋ ਆਉਂਦਾ ਕਿਵੇਂ ਆ ਤੇ ਕੀ ਅਰਥਕ ਵਿਗਿਆ ਬਾਰੇ ਆਪਾਂ ਪਤਾ ਲਗਾ ਸਕਦੇ ਆ ਕਿ ਕਈ ਵਾਰ ਆਪਾਂ WhatsApp ਦੇ ਵਿੱਚ ਮੈਸੇਜ ਪੜ੍ਹਦੇ ਆ ਕਿ ਫੁਲਾਨੀ ਜਗ੍ਹਾ ਤੇ ਪਹੁੰਚਾ ਲਾਉਣ ਵਾਲਾ ਆ ਕਿ ਇਹ ਪਤਾ ਲਗਾਇਆ ਜਾ ਸਕਦਾ ਬਿਲਕੁਲ ਨਹੀਂ ਪਤਾ ਲਗਾਇਆ ਜਾ ਸਕਦਾ ਕਿ ਅਰਥਵਿਕ ਕਦੋਂ ਆਊਗਾ ਬਟ ਜੇਕਰ ਆਪਾਂ ਨੂੰ ਪਤਾ ਹੋਊਗਾ ਕਿ ਇਹਨਾਂ ਅਰਥਵਿਕਸ ਨਾਲ ਨੁਕਸਾਨ ਬਹੁਤ ਹੋ ਸਕਦੇ ਆ ਫਿਰ ਆਪਾਂ ਉਹਨਾਂ ਨੁਕਸਾਨ ਤੋਂ ਬਚਣ ਲਈ ਬਹੁਤ ਸਾਰੇ ਸਟੈਪ ਚੁੱਕ ਸਕਦੇ ਆ ਇਹ ਗੱਲ ਠੀਕ ਹੈਗੀ ਆ ਤੀਸਰੇ ਨੰਬਰ ਤੇ ਵੇਖੋ ਆਪਾਂ ਗੱਲ ਕਰ ਰਹੇ ਆ ਅਰਥਕਵੇਕ ਦੀ ਕਿ ਅਰਥਕਵੇਕ ਨੂੰ ਇੱਕ ਮੈਜ਼ਰ ਕਰਨ ਵਾਲਾ ਮਾਪਣ ਵਾਲਾ ਇੱਕ ਯੰਤਰ ਹੁੰਦਾ ਆ ਕਈ ਵਾਰ ਐਗਜ਼ਾਮ ਦੇ ਵਿੱਚ ਸਵਾਲ ਪੁੱਛ ਲਿਆ ਜਾਂਦਾ ਟਟ ਵਰਗ ਐਗਜ਼ਾਮ ਦੇ ਵਿੱਚ ਖਾਸ ਕਰਕੇ ਕਿ ਜਿਹੜਾ ਅਰਥਕਵੇਕ ਆ ਕਿੱਥੇ ਮੈਜ਼ਰ ਕੀਤਾ ਜਾਂਦਾ ਕਿਹੜਾ ਯੰਤਰ ਹੈਗਾ ਆ ਸਿਸਮੋਗ੍ਰਾਫ ਤੇ ਮੈਜ਼ਰ ਕੀਤਾ ਜਾਂਦਾ ਸਿਸਮੋਗ੍ਰਾਫ ਤੇ ਇੱਕ ਇਹੋ ਜਿਹਾ ਇੰਸਟਰੂਮੈਂਟ ਆ ਜਿੱਥੇ ਪਹਚਾਰ ਨੂੰ ਆਪਾਂ ਮੈਜ਼ਰ ਕਰਦੇ ਆ ਮਿਣਦੇ ਆ ਤੇ ਇੱਕ ਸਕੇਲ ਵੀ ਹੈਗਾ ਆ ਜਿਹਦੇ ਵਿੱਚ ਇਹਦੀ ਗਤੀ ਦਾ ਪਤਾ ਲੱਗਦਾ ਉਹਦਾ ਕੀ ਨਾਮ ਹੈਗਾ ਰਿਕਟਰ ਸਕੇਲ ਕੀ ਨਾਮ ਹੈਗਾ ਰਿਕਟਰ ਸਕੇਲ ਸਿਸਮੋਗ੍ਰਾਫ ਯੰਤਰ ਆ ਰਿਕਟਰ ਸਕੇਲ ਤੇ ਆਪਾਂ ਉਹਦੀ ਸਪੀਡ ਦਾ ਕਹਿ ਸਕਦੇ ਆ ਕਿ ਕਿੰਨੀ ਗਤੀ ਦਾ ਹੈਗਾ ਸੀ ਰਿਕਟਰ ਸਕੇਲ ਤੇ ਆਪਾਂ ਉਹਨੂੰ ਮਿਣਦੇ ਆ ਤੇ ਕਿਹਾ ਜਾਂਦਾ ਜਿਹੜੇ ਕਿ 2 ਮੈਗਨੀਟਿਊਡ ਤੋਂ ਘੱਟ ਵਾਲੇ ਅਰਥਕਵੇਕ ਹੁੰਦੇ ਆ ਉਹ ਇੰਨੇ ਜ਼ਿਆਦਾ ਨੁਕਸਾਨ ਨਹੀਂ ਕਰਦੇ 5 ਤੋਂ ਜ਼ਿਆਦਾ ਵਾਲੇ ਜਿਹੜੇ ਹੈਗੇ ਆ ਕਹਿ ਸਕਦੇ ਆ ਕਿ ਉਹ ਥੋੜੇ ਜਿਹਾ ਨੁਕਸਾਨ ਕਰਦੇ ਆ 5 ਮੈਗਨੀਟਿਊਡ ਤੋਂ ਜ਼ਿਆਦਾ ਵਾਲੇ ਅਰਥਕਵੇਕ ਜ਼ਿਆਦਾ ਨੁਕਸਾਨ ਕਰਦੇ ਆ ਤੇ 6 ਤੇ 7 ਮੈਗਨੀਟਿਊਡ ਤੋਂ ਵੱਧ ਵਾਲੇ ਜਿਹੜੇ ਅਰਥਕਵੇਕ ਹੈਗੇ ਆ ਉਹ ਬਹੁਤ ਜ਼ਿਆਦਾ ਘਾਤਕ ਹੁੰਦੇ ਆ ਬਹੁਤ ਜ਼ਿਆਦਾ ਤਬਾਹੀ ਮਚਾਉਂਦੇ ਆ ਗੱਲ ਕਲੀਅਰ ਹੋ ਗਈ ਅਰਥਕ ਵਿਵਕ ਬਾਰੇ টারਮ ਸਾਰਿਆਂ ਨੂੰ ਸਮਝ ਲੱਗ ਗਈਆਂ ਸਿਸਮੋਗ੍ਰਾਫ ਰਿਕਟਰ ਸਕੇਲ ਫੋਕਸ ਐਂਡ एपिसੈਂਟਰ ਗੱਲ ਕਰਦੇ ਆ ਵੈਦਰਿੰਗ ਐਂਡ ਇਰੋਜਨ ਦੀ ਹੁਣ ਆਪਾਂ ਆ ਤਿੰਨੇ ਸਮਝ ਚੁੱਕੇ ਆ ਐਂਡੋਜੈਨਿਕ ਜਿਹੜੀਆਂ ਫੋਰਸਸ ਹੁੰਦੀਆਂ ਨੇ ਧਰਤੀ ਦੇ ਵਿੱਚ ਕੰਮ ਕਰਦੀਆਂ ਨੇ ਉਹਨਾਂ ਨਾਲ ਕਿਵੇਂ ਆਪਣੀ ਧਰਤੀ ਦੇ ਵਿੱਚ ਤਬਦੀਲੀ ਵੇਖਣ ਨੂੰ ਮਿਲਦੀ ਆ ਸਾਰੀਆਂ ਗੱਲਾਂ ਕਲੀਅਰ ਹੋ ਗਈਆਂ ਹੁਣ ਆਪਾਂ ਗੱਲ ਕਰਦੇ ਆ ਵੈਦਰਿੰਗ ਐਂਡ ਇਰੋਜਨ ਦੀ ਵੈਦਰਿੰਗ ਦਾ ਪ੍ਰੋਸੈਸ ਕੀ ਹੁੰਦੀ ਆ ਮੰਨ ਲਓ ਕੋਈ ਪਰਬਤ ਆ ਪਰਵਤ ਦੇ ਉੱਤੇ ਸੂਰਜ ਦੀ ਰੌਸ਼ਨੀ ਪੈਂਦੀ ਆ ਹਵਾ ਵੀ ਲੱਗ ਰਹੀ ਆ ਹਵਾ ਦੇ ਨਾਲ ਨਾਲ ਕਹਿ ਸਕਦੇ ਆ ਕਿ ਹੋ ਸਕਦਾ ਮੀਂਹ ਵੀ ਪੈ ਜਾਵੇ ਉਹਦੇ ਤੇ ਤੇ 2-4 ਸਾਲ ਬਾਅਦ ਹਜ਼ਾਰਾਂ ਸਾਲ ਬਾਅਦ ਉਹ ਜਿਹੜੀ ਚਟਾਨ ਹੋਗੀ ਆਪਣੇ ਆਪ ਹੀ ਟੁੱਟ ਜਾਊਗੀ ਕਿਉਂ ਵੈਦਰਿੰਗ ਦੀ ਪ੍ਰੋਸੈਸ ਕਰਕੇ ਹੁਣ ਕਿਉਂਕਿ ਜਦੋਂ ਉਹਦੇ ਤੇ ਧੁੱਪ ਲੱਗ ਰਹੀ ਆ ਫਿਰ ਰਾਤ ਨੂੰ ਫਿਰ ਠੰਡਾ ਹੋ ਰਿਹਾ ਫਿਰ ਸੂਰਜ ਲੱਗ ਰਿਹਾ ਫਿਰ ਪਾਣੀ ਲੱਗ ਰਿਹਾ ਕਦੇ ਫਿਰ ਕਦੇ ਹਵਾ ਲੱਗ ਰਹੀ ਆ ਸੋ ਇਹਨਾਂ ਫੋਰਸਸ ਦੇ ਨਾਲ ਕੀ ਹੁੰਦਾ ਆ ਉਹ ਚਟਾਨ ਟੁੱਟ ਜਾਊਗੀ ਉਹਨੂੰ ਆਪਾਂ ਵੈਦਰਿੰਗ ਕਹਿੰਦੇ ਆ ਈਰੋਜਨ ਕੀ ਹੁੰਦਾ ਆ ਜਦੋਂ ਇੱਕ ਥਾਂ ਦੀ ਮਿੱਟੀ ਇੱਕ ਥਾਂ ਦੀ ਚਟਾਨ ਇੱਕ ਥਾਂ ਦੇ ਪੱਥਰ ਦੂਜੀ ਥਾਂ ਤੇ ਲਿਜਾਏ ਜਾਂਦੇ ਆ ਕੌਣ ਲਿਜਾਊਗਾ ਜੀ ਕਾਫੀ ਸਾਰੀਆਂ ਕੁਦਰਤੀ ਫੋਰਸਿਜ਼ ਨੇ ਕੁਦਰਤੀ ਸ਼ਕਤੀਆਂ ਨੇ ਜਿਵੇਂ ਕਿ ਨਦੀਆਂ ਨਦੀਆਂ ਦੇ ਨਾਲ ਗਲੇਸ਼ੀਅਰ ਹੋ ਸਕਦੇ ਆ ਗਲੇਸ਼ੀਅਰ ਦੇ ਨਾਲ ਕਹਿ ਸਕਦੇ ਆ ਕਿ ਹਵਾਵਾਂ ਹੋ ਸਕਦੀਆਂ ਨੇ ਇਹਨਾਂ ਤਿੰਨਾਂ ਫੋਰਸਿਜ਼ ਦੇ ਨਾਲ ਜਦੋਂ ਇੱਕ ਥਾਂ ਦੀ ਮਿੱਟੀ ਇੱਕ ਥਾਂ ਦੇ ਪੱਥਰ ਦੂਜੀ ਥਾਂ ਤੇ ਲਿਜਾਏ ਜਾਂਦੇ ਆ ਇਹਨੂੰ ਤੁਸੀਂ ਨਾਮ ਦਿੰਨੀਓ ਇਰੋਜਨ ਦਾ ਕਾਦਾ ਨਾਮ ਦਿੰਨੀਓ ਇਰੋਜ਼ਨ ਦਾ ਨਾਮ ਦਿੰਨੇ ਹਾਂ ਸੋ ਇਹਨਾਂ ਦੋ ਫੋਰਸਸ ਕਰਕੇ ਜਿਹੜੀ ਧਰਤੀ ਦੇ ਵਿੱਚ ਤਬਦੀਲੀ ਵੇਖਣ ਨੂੰ ਮਿਲਦੀ ਆ ਉਹਨਾਂ ਨੂੰ ਤੁਸੀਂ ਆਹ ਕਹਿੰਨੇ ਹੋ ਵੈਦਰਿੰਗ ਤੇ ਇਰੋਜ਼ਨ ਤੇ ਐਕਸੋਜੈਨਿਕ ਫੋਰਸਸ ਹੁੰਦੀਆਂ ਨੇ ਇਹ ਐਕਸੋਜੈਨਿਕ ਫੋਰਸਸ ਹੁੰਦੀਆਂ ਨੇ ਹੁਣ ਆਪਾਂ ਗੱਲ ਕਰਾਂਗੇ ਨਦੀਆਂ ਦੁਆਰਾ ਬਣਾਏ ਗਏ ਕੁਝ ਜਿਹੜੀਆਂ ਆਕਿਰਤੀਆਂ ਹੁੰਦੀਆਂ ਨੇ ਉਹਨਾਂ ਦੇ ਆਪਾਂ ਨਾਮ ਵੇਖ ਲੈਣੇ ਆ ਕੀ ਮੰਨ ਲਓ ਜਿਹੜੀ ਨਦੀ ਹੈਗੀ ਆ ਜਦੋਂ ਨਦੀ ਤੇਜ਼ੀ ਨਾਲ ਆ ਰਹੀ ਆ ਜੇ ਤਾਂ ਉਹ ਪਹਾੜਾ ਤੋਂ ਡਿੱਗੇਗੀ ਪਹਾੜਾ ਤੋਂ ਡਿੱਗਣ ਕਰਕੇ ਕਈ ਵਾਰ ਵਾਟਰਫਾਲਸ ਵੀ ਬਣ ਜਾਂਦੇ ਆ ਮੰਨ ਲਓ ਵੀ ਬਹੁਤ ਹੀ ਸਟੀਪ ਹੈਗੀ ਆ ਕਿ ਬਹੁਤ ਜ਼ਿਆਦਾ ਤਿੱਖੀ ਹੈ ਜਿਹੜਾ ਨਦੀ ਦਾ ਪਾਣੀ ਆ ਉਹ ਕਿਤੇ ਥੱਲੇ ਡਿੱਗ ਰਿਹਾ ਬਹੁਤ ਹੀ ਤਿੱਖੀ ਜੀ ਉਹ ਸਰਫੇਸ ਹੈਗੀ ਆ ਤੇ ਉੱਥੇ ਤਾਂ ਬਣ ਜੇਗਾ ਵਾਟਰਫਾਲ ਜਿਹਨੂੰ ਤੁਸੀਂ ਝਰਨਾ ਕਹਿੰਦੇ ਹੋ ਦੋ ਤਿੰਨ ਝਰਨਿਆਂ ਦੇ ਨਾਮ ਵੀ ਮੈਂ ਲਿਖੇ ਹੋਏ ਆ ਐਗਜ਼ਾਮ ਪੁਆਇੰਟ ਆਫ View ਤੋਂ ਕਾਫੀ ਇੰਪੋਰਟੈਂਟ ਹੈ ਗਿਆ ਦੁਨੀਆ ਦਾ ਸਭ ਤੋਂ ਉੱਚਾ ਝਰਨਾ ਕੀ ਨਾਮ ਹੈਗਾ ਉਹਦਾ ਦੁਨੀਆ ਦਾ ਸਭ ਤੋਂ ਉੱਚਾ ਝਰਨਾ ਜਿਹਦਾ ਨਾਮ ਹੈਗਾ ਆ ਹਾਈਐਸਟ ਵਾਟਰਫਾਲ ਦੀ ਇੱਥੇ ਗੱਲ ਕੀਤੀ ਜਾ ਰਹੀ ਆ ਹਾਈਐਸਟ ਵਾਟਰਫਾਲ ਹੈਗਾ ਜੀ ਐਂਜਰ ਵਾਟਰ ਐ ਐਂਜਲ ਵਾਟਰਫਾਲ ਯਾਦ ਹੋਣਾ ਆਪਾਂ 7 ਕੌਂਟੀਨੈਂਟ ਦੇ ਨਾਮ ਤੁਹਾਨੂੰ ਯਾਦ ਕਰਵਾਏ ਸੀਗੇ ਇੱਕ ਉਹਦੇ ਵਿੱਚ ਲਾਤੀਨੀ ਅਮਰੀਕਾ ਜਾਂ ਫਿਰ ਸਾਊਥ ਅਮਰੀਕਾ ਦੱਖਣੀ ਅਮਰੀਕਾ ਆਪਾਂ ਉਹਨੂੰ ਕਹਿੰਦੇ ਆਂ ਦੱਖਣੀ ਅਮਰੀਕਾ ਇੱਕ ਕੌਂਟੀਨੈਂਟ ਆ ਦੱਖਣੀ ਅਮਰੀਕਾ ਦੇ ਵਿੱਚ ਤੁਹਾਨੂੰ ਇੱਕ ਜਗ੍ਹਾ ਮਿਲੇਗੀ ਵੈਨੇਜ਼ੁਏਲਾ 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 ਦੇ ਵਿੱਚ ਤੁਹਾਨੂੰ ਇੱਕ ਐਂਜਲ ਵਾਟਰਫਾਲ ਐਂਜਲ ਚਰਨਾ ਐਂਜਲ ਵਾਟਰਫਾਲ ਮਿਲੇਗਾ ਜਿਹੜਾ ਕਿ ਵਿਸ਼ਵ ਦਾ ਸਭ ਤੋਂ ਉੱਚਾ ਚਰਨਾ ਆ ਇੱਕ ਹੋਰ ਚਰਨਾ ਆ ਜੇਦੀ ਗੱਲ ਇੱਥੇ ਸਮਝਾਈ ਜਾ ਰਹੀ ਆ ਕਿ ਕੈਨੇਡਾ ਯੂਐਸਏ ਬਾਰਡਰ ਤੇ ਆ ਕੈਨੇਡਾ ਆਪਣੇ ਪੰਜਾਬ ਤੋਂ ਕਾਫੀ ਸਾਰੇ ਲੋਕ ਜਾਂਦੇ ਆ ਕੈਨੇਡਾ ਬਾਰੇ ਤੁਹਾਨੂੰ ਸਾਰਿਆਂ ਨੂੰ ਪਤਾ ਯੂਐਸਏ ਬਾਰੇ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਯੂਨਾਈਟਿਡ ਸਟੇਟ ਆਫ ਅਮਰੀਕਾ ਸੁਪਰ ਪਾਵਰ ਕਿਹਾ ਜਾਂਦਾ ਇਹਨੂੰ ਸੋ ਇਹਨਾਂ ਦੇ ਬਾਰਡਰ ਤੇ ਨਾਇਗਰਾ ਨਾਇਗਰਾ ਵਾਟਰਫਾਲ ਹੈਗਾ ਆ ਨਾਇਗਰਾ ਵਾਟਰਫਾਲ ਜਿਹੜਾ ਹੈਗਾ ਆ ਉਹ ਕਿੱਥੇ ਆ ਕੈਨੇਡਾ ਤੇ ਯੂਐਸਏ ਬਾਰਡਰ ਤੇ ਆ ਇੱਕ ਹੋਰ ਵਾਟਰਫਾਲ ਆ ਵਿਕਟੋਰੀਆ ਵਾਟਰਫਾਲ ਵਿਕਟੋਰੀਆ ਵਾਟਰਫਾਲ ਇਹ ਕਿੱਥੇ ਆ ਇਹ ਹੈ ਜੀ ਅਫਰੀਕਾ ਦੇ ਵਿੱਚ ਐਂਡ ਮੈਂ ਤੁਹਾਨੂੰ ਦੱਸਿਆ ਸੀਗਾ ਇਹਦੇ ਬਾਰੇ ਵੀ ਜਿਹੜੇ ਕੌਂਟੀਨੈਂਟ ਹੈਗੇ ਆ afrika ਕੌਂਟੀਨੈਂਟ ਬਾਰੇ ਵੀ ਦੱਸਿਆ ਗਿਆ ਇਹ afrika ਕੌਂਟੀਨੈਂਟ ਦੇ ਵਿੱਚ ਵਿਕਟੋਰੀਆ ਵਾਟਰਫਾਲ ਜੰਬੀਆ ਅਤੇ ਜ਼ਿੰਬਾਬਵੇ ਬਾਰਡਰ ਤੇ ਵੇਖਣ ਨੂੰ ਮਿਲਦਾ ਹੈ ਜੰਬੀਆ ਤੇ ਜ਼ਿੰਬਾਬਵੇ ਵਾਟਰਫਾਲ ਜਿਹੜਾ ਹੈਗਾ ਇਹਨਾਂ ਦੇ ਬਾਰਡਰ ਤੇ ਤੁਹਾਨੂੰ ਇੱਕ ਵਾਟਰਫਾਲ ਵੇਖਣ ਨੂੰ ਮਿਲਦਾ ਆ ਗੱਲ ਸਮਝ ਲੱਗੀ ਤੇ ਇਹਨਾਂ ਨਦੀਆਂ ਦੁਆਰਾ ਜਿਹੜੀ ਭੂਆਕਿਰਤੀ ਜਾਂ ਫਿਰ ਕੁਝ ਚੀਜ਼ਾਂ ਬਣਾਈਆਂ ਜਾਂਦੀਆਂ ਨੇ ਜਿਹਦੇ ਬਾਰੇ ਮੈਂ ਤੁਹਾਨੂੰ ਸਮਝਾਉਂਗਾ ਤੇ ਇੱਕ ਸ਼ੇਪ ਬਣਾਈ ਜਾਂਦੀ ਆ ਮੰਨ ਲਓ ਕੋਈ ਨਦੀ ਸੀਗੀ ਨਦੀ ਦਾ ਪਾਣੀ ਆ ਰਿਹਾ ਸੀਗਾ ਗਲੇਸ਼ੀਅਰ ਤੋਂ ਆ ਰਿਹਾ ਮੀਂਹ ਤੋਂ ਆ ਰਿਹਾ ਜਿਵੇਂ ਵੀ ਆ ਰਿਹਾ ਮੈਂ ਇੱਕ ਇੱਥੇ ਇੱਕ ਫੋਟੋ ਬਣਾ ਕੇ ਦਿਖਾਉਣਾ ਤੁਹਾਨੂੰ ਮੈਂ ਹੋ ਸਕਦਾ ਰੋਸ਼ਨੀ ਜ਼ਿਆਦਾ ਪੈ ਰਹੀ ਹੋਵੇ ਬਟ ਸਮਝਣ ਦੀ ਕੋਸ਼ਿਸ਼ ਕਰਿਓ ਮੰਨ ਲਓ ਕੋਈ ਨਦੀ ਸੀਗੀ ਨਦੀ ਸੀਗੀ ਇੱਥੋਂ ਫਲੋ ਹੋ ਰਹੀ ਆ ਇੱਥੋਂ ਫਲੋ ਹੋ ਰਹੀ ਆ ਤੇ ਇੱਥੇ ਮੰਨ ਲਓ ਕੋਈ ਸਖਤ ਜੀ ਜਗਾ ਹੈ ਤੇ ਨਦੀ ਨੇ ਕੀ ਕਰਨਾ ਆ ਇੱਥੋਂ ਐ ਮੋੜ ਜਾਣਾ ਮੁੜ ਜੇਗੀ ਹੁਣ ਫੇਰ ਇੱਕ ਹੋਰ ਇੱਥੇ ਸਖਤ ਜੀ ਸਰਫੇਸ ਆ ਗਈ ਇਹਨੇ ਫੇਰ ਐ ਮੋੜ ਜਾਣਾ ਆ ਫਿਰ ਇਸ ਤੋਂ ਬਾਅਦ ਇਹਨੇ ਐ ਮੋੜ ਜਾਣਾ ਫਿਰ ਐ ਮੋੜ ਜਾਣਾ ਆ ਮਤਲਬ ਤੁਸੀਂ ਵੇਖ ਰਹੇ ਹੋ ਇੱਕ ਸੱਪ ਜੇ ਵਾਲੀ ਸ਼ੇਪ ਬਣ ਰਹੀ ਆ ਇਹਨੂੰ ਤੁਸੀਂ ਕੀ ਨਾਮ ਦਿੰਦੇ ਹੋ ਮਤਲਬ ਆ ਜਿਹੜੀਆਂ ਸ਼ੇਪਸ ਨੇ ਨਾ ਆ ਜਿਹੜੀਆਂ ਸ਼ੇਪਸ ਨੇ ਮੈਂ ਜਿਹਨਾਂ ਬਾਰੇ ਤੁਹਾਨੂੰ ਦੱਸ ਰਿਹਾ ਇਹਨਾਂ ਸ਼ੇਪਸ ਨੂੰ ਤੁਸੀਂ ਕੀ ਕਹਿੰਦੇ ਹੋ ਇਹਨਾਂ ਸ਼ੇਪਸ ਨੂੰ ਤੁਸੀਂ ਮੀਐਂਡਰ ਕਹਿੰਦੇ ਹੋ ਕੀ ਕਹਿੰਦੇ ਹੋ ਮੀਐਂਡਰਸ 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 ਕੈਨ ਯੂ ਮੀਐਂਡਰਸ ਮੀਐਂਡਰ ਸ਼ੇਪ ਬਣੇਗੀ ਜਦੋਂ ਆ ਨਦੀਆਂ ਦਾ ਪਾਣੀ ਕੁਝ ਇਸ ਤਰ੍ਹਾਂ ਜਾਵੇਗਾ ਪਰ ਹੋ ਸਕਦਾ ਕਿ ਕਈ ਵਾਰ ਪਾਣੀ ਬੜੀ ਤੇਜ਼ੀ ਨਾਲ ਆਵੇ ਪਾਣੀ ਬਹੁਤ ਤੇਜ਼ੀ ਨਾਲ ਆਵੇ ਤੇ ਆਹ ਵਾਲਾ ਜਿਹੜਾ ਹਿੱਸਾ ਹੈਗਾ ਸੀ ਆਹ ਵਾਲਾ ਹਿੱਸਾ ਵੇਖ ਰਹੇ ਹੋ ਤੁਸੀਂ ਹੁਣ ਪਾਣੀ ਜਿਹੜਾ ਹੈ ਨਾ ਸਿੱਧਾ ਇਧਰੋਂ ਲੰਘ ਜਵੇ ਜਿਹੜਾ ਪਾਣੀ ਸਗਾ ਆ ਸਿੱਧਾ ਸਿੱਧਾ ਐਂ ਲੰਘ ਜਵੇ ਤੇ ਹੋ ਸਕਦਾ ਇਧਰੋਂ ਵੀ ਲੰਘ ਜਵੇ ਤੇ ਆਹ ਜਿਹੜੇ ਦੋ ਹਿੱਸੇ ਸੀਗੇ ਇਹ ਅਲੱਗ ਹੋ ਜਾਣਗੇ ਆਹ ਦੋ ਹਿੱਸੇ ਸੀਗੇ ਜਿਹੜੇ ਜ਼ਿਆਦਾ ਟੈਕਨੀਕਲ ਇਹਨਾਂ ਸਮਝੇਗੇ ਕੋਈ ਔਖਾ ਕੰਮ ਹੈਗਾ ਯਾ ਬਸ ਇੰਨੀ ਗੱਲ ਸਮਝ ਲਓ ਜੋ ਮੈਂ ਸਮਝਾ ਰਿਹਾ ਦੋ ਤਿੰਨ ਵਾਰ ਵੀਡੀਓਜ਼ ਵੇਖੋਗੇ ਸਾਰੀਆਂ ਗੱਲਾਂ ਸਮਝ ਲੱਗ ਜਾਣਗੀਆਂ ਜਦੋਂ ਆਹ ਵਾਲਾ ਹਿੱਸਾ ਅਲੱਗ ਹੋ ਜਾਊਗਾ ਕਿਉਂਕਿ ਪਾਣੀ ਬੜਾ ਤੇਜ਼ੀ ਨਾਲ ਆਇਆ ਦੂਜੀ ਵਾਰ ਤੇ ਤੇ ਜਿਹੜਾ ਆ ਪਹਿਲਾਂ ਵਾਲੀ ਜਿਹੜੀ ਸ਼ੇਪ ਬਣੀ ਸੀਗੀ ਉਹਨੂੰ ਤੁਸੀਂ ਮੈਟਰ ਦਾ ਨਾਮ ਦਿੱਤਾ ਬਟ ਆ ਜਿਹੜੀ ਜਗ੍ਹਾ ਬਚ ਗਈ ਨਾ ਜਿਹੜੇ ਕਿ ਪਹਿਲਾਂ ਤਾਂ ਇਹਦੇ ਵਿੱਚ ਉਹਦੀ ਪਾਣੀ ਲੰਘ ਰਿਆ ਸੀਗਾ ਬਟ ਹੁੰਦੀ ਲੰਘ ਰਿਆ ਕਿਉਂਕਿ ਹੁਣ ਤੇਜ਼ ਪਾਣੀ ਔਨ ਕਰਕੇ ਸਿੱਧਾ ਪਾਣੀ ਲੰਘ ਗਿਆ ਸੋ ਇਹਨੂੰ ਤੁਸੀਂ ਨਾਮ ਦਿੰਨੇ ਹੋ ਕਾਦਾ ਨਾਮ ਦਿੰਨੇ ਹੋ ਇਹਨੂੰ ਤੁਸੀਂ ਨਾਮ ਦਿੰਨੇ ਹੋ ਆਕਸ ਬੋ ਲੇਕ ਦਾ O X O X B O W O L A K E ਲੇਕ ਆਕਸ ਬੋ ਲੇਕ ਦਾ ਨਾਮ ਦਿੰਨੇ ਹੋ ਆ ਜਿਹੜਾ ਹਿੱਸਾ ਇੱਥੇ ਬਚ ਗਿਆ ਸੀਗਾ ਲੱਗੇ ਸਮਝ ਸਾਰਿਆਂ ਨੂੰ river ਤੋਂ ਆ ਜਿਹੜੀਆਂ ਦੋ ਸ਼ੇਪਸ ਬਣਦੀਆਂ ਨੇ ਇਹਨਾਂ ਬਾਰੇ ਤੁਹਾਨੂੰ ਕਲੀਅਰ ਹੋ ਗਿਆ ਮੈਂਡਰਸ ਕੀ ਹੁੰਦਾ ਹੈ ਜਦੋਂ ਇਸ ਤਰ੍ਹਾਂ ਦੀ ਸ਼ੇਪ ਬਣ ਜਾਂਦੀ ਹੈ ਜਦੋਂ ਨਦੀਆਂ ਦੁਆਰਾ ਪਾਣੀ ਲਿਆਂਦਾ ਜਾਂਦਾ ਤੇ ਉਹਦੇ ਵਿੱਚ ਕੁਝ ਹਿੱਸਾ ਤੇਜ਼ੀ ਨਾਲ ਪਾਣੀ ਔਨ ਕਰਕੇ ਆ ਜਿਹੜੀਆਂ ਕਹਿ ਸਕਦੇ ਆ ਕਿ ਆ ਜਿਹੜਾ ਹੋ ਗਿਆ ਜੁੜ ਜਾਂਦਾ ਹੈ ਇੱਕ ਦੂਜੇ ਨਾਲ ਠੀਕ ਹੈ ਜੀ ਆ ਜਦੋਂ ਇਹ ਦੋਨੇ ਜੁੜ ਗਏ ਤੇ ਆ ਚੀਜ਼ਾਂ ਲੱਗ ਹੋ ਜਾਂਦੀਆਂ ਨੇ ਇਹਨਾਂ ਨੂੰ ਆਪਾਂ ਆਕਸਬੋਲਿਕ ਦਾ ਨਾਮ ਦਿੰਨੇ ਆ ਹੁਣ river ਤਾਂ ਪਤਾ ਲੱਗ ਗਿਆ ਵੀ ਮੈਂਡਰ ਤੇ ਆਕਸਬੋਲਿਕਸ ਬਣਦੀਆਂ ਨੇ ਅੱਗੇ ਆ ਗਿਆ ਡੈਲਟਾ ਡੈਲਟਾ ਕੀ ਹੁੰਦਾ ਸੀ ਡੈਲਟਾ ਬਾਰੇ ਵੀ ਮੈਂ ਤੁਹਾਨੂੰ ਸਮਝਾ ਦੇਣਾ ਸੁੰਦਰਬਨ ਡੈਲਟਾ ਜਿਹੜਾ ਕਿ ਵੈਸਟ ਬੰਗਾਲ ਵਿੱਚ ਵੇਖਣ ਨੂੰ ਮਿਲੇਗਾ ਵਿਸ਼ਵ ਦਾ ਵਿਸ਼ਵ ਦਾ ਕਹਿ ਰਿਹਾ ਮੈਂ ਸਭ ਤੋਂ ਵੱਡਾ ਡੈਲਟਾ ਆ एग्जाम ਦੇ ਵਿੱਚ ਇਹ ਵੀ ਪੁੱਛਿਆ ਜਾ ਸਕਦਾ ਤੇ ਮੇਰਾ ਹੁਣ ਡਸਟਰ ਪਤਾ ਨਹੀਂ ਕਿੱਥੇ ਆ ਬਟ ਐਨੀਵੇ ਕੋਈ ਗੱਲ ਨਹੀਂ ਗੱਲ ਕਰ ਰਹੇ ਆਪਾਂ ਡੈਲਟਾ ਦੀ ਹੁਣ ਜਦੋਂ ਨਦੀਆਂ ਦੇ ਵਿੱਚੋਂ ਦੀ ਪਾਣੀ ਆ ਰਿਹਾ ਹੁਣ ਜਦੋਂ ਨਦੀਆਂ ਆਉਂਦੀਆਂ ਨੇ ਨਦੀਆਂ ਦੇ ਵਿੱਚ ਬਹੁਤ ਸਾਰਾ ਮਲਬਾ ਹੁੰਦਾ ਆ ਡਿਬਰੀ ਹੁੰਦੀ ਆ ਮਿੱਟੀਆਂ ਹੁੰਦੀਆਂ ਨੇ ਚਟਾਨਾਂ ਹੁੰਦੀਆਂ ਨੇ ਪੱਥਰ ਹੁੰਦੇ ਆ ਕੰਗੜ ਪੱਥਰ ਹੁੰਦੇ ਆ ਤੇ ਜਦੋਂ ਨਦੀਆਂ ਜਾਂਦੀਆਂ ਨੇ ਮਨ ਲਓ ਆ ਇੱਕ ਨਦੀ ਸੀਗੀ ਨਦੀ ਵਿੱਚੋਂ ਆ ਜਿਹੜੀ ਰਿਵਰ ਹੈਗੀ ਆ ਜਾ ਰਹੀ ਐ ਇੱਥੇ ਠੀਕ ਆ ਜੀ ਜਾ ਰਹੀ ਐ ਤੇ ਇਹਨ ਇੱਕ ਵੱਡੇ ਸਾਰੇ ਸਮੁੰਦਰ ਵਿੱਚ ਕੀ ਕਰਨਾ ਆ ਵੱਡੇ ਸਾਰੇ ਸਮੁੰਦਰ ਵਿੱਚ ਇਹਨੇ ਜੁੜਨਾ ਆ ਤੇ ਇਹਦੇ ਵਿੱਚ ਮਿੱਟੀ ਬਹੁਤ ਸਾਰੀ ਹੋ ਜਾਣੀ ਆ ਮਿੱਟੀ ਬਹੁਤ ਸਾਰੀ ਹੋਊਗੀ ਇਹਦੇ ਵਿੱਚ ਜਿਹੜੀ ਇਹ ਨਾਲ ਲੈ ਕੇ ਜਾ ਰਹੀ ਆ ਤੇ ਹੁਣ ਜਦੋਂ ਇਹਨੇ ਇਹਦੇ ਕੋਲ ਜਾਣਾ ਨਾ ਇਸ ਸਮੁੰਦਰ ਦੇ ਲਾਗੇ ਤੇ ਇਹ ਵੱਖਰੀ ਵੱਖਰੀ ਹੋ ਜਾਂਦੀ ਆ ਡਿਸਟਰੀਬਿਊਟਰਸ ਬਣ ਜਾਂਦੀਆਂ ਨੇ ਕੀ ਬਣ ਜਾਂਦੀਆਂ ਨੇ ਡਿਸਟਰੀਬਿਊਟਰੀਜ਼ ਬਣ ਜਾਂਦੀਆਂ ਨੇ ਸਹਾਇਕ ਨਦੀਆਂ ਮਤਲਬ ਕਾਫੀ ਜ਼ਿਆਦਾ ਇੱਥੇ ਅਲੱਗ-ਅਲੱਗ ਹੋ ਜਾਂਦੀਆਂ ਨੇ ਜੋੜਨੀਆਂ ਇਹਦੇ ਵਿੱਚ ਹੀ ਆ ਬਟ ਜਾਂਦੀਆਂ ਨੇ ਕਿਉਂ ਇੱਕ ਤਾਂ ਪਾਣੀ ਬਹੁਤ ਹੌਲੀ ਹੋ ਜਾਂਦਾ ਕਿਉਂ ਹੌਲੀ ਹੋ ਜਾਂਦਾ ਕਿਉਂਕਿ ਇਹਦੇ ਵਿੱਚ ਕਹਿ ਸਕਦੇ ਆ ਕਿ ਮਿੱਟੀ ਵਗੈਰਾ ਬਹੁਤ ਜ਼ਿਆਦਾ ਹੁੰਦੀ ਆ ਮਲਬਾ ਬਹੁਤ ਜ਼ਿਆਦਾ ਹੁੰਦਾ ਜਿਹਦੇ ਕਰਕੇ ਇਹ ਭਾਰੀ ਹੋ ਜਾਂਦੀਆਂ ਨੇ ਤੇ ਇਹ ਕੁਝ ਕੁਝ ਜਿਹੜਾ ਮਲਬਾ ਨਾ ਇਹ ਰਾਹ ਵਿੱਚ ਛੱਡ ਦਿੰਦੀਆਂ ਨੇ ਕੁਝ ਇਸ ਤਰ੍ਹਾਂ ਦੀ ਸ਼ੇਪਸ ਬਣ ਜਾਂਦੀ ਹੈ ਇਹਨਾਂ ਨੂੰ ਤੁਸੀਂ ਕੀ ਕਹਿੰਦੇ ਹੋ ਇਹਨਾਂ ਨੂੰ ਤੁਸੀਂ ਡੈਲਟਾ ਦਾ ਨਾਮ ਦਿੰਦੇ ਹੋ ਕਾਹਦਾ ਨਾਮ ਦਿੰਦੇ ਹੋ ਡੈਲਟਾ ਦਾ ਨਾਮ ਦਿੰਦੇ ਹੋ ਹੋਪਸ ਇਹ ਗੱਲ ਕਲੀਅਰ ਹੋ ਗਈ ਹੋਣੀ ਆ ਡੈਲਟਾ ਕਿਹਨੂੰ ਕਹਿੰਦੇ ਆ ਕਿ ਜਦੋਂ ਇਹਦੇ ਵਿੱਚ ਕਿਉਂਕਿ ਮਿੱਟੀ ਵਗੈਰਾ ਜ਼ਿਆਦਾ ਹੋਊਗੀ ਨਾ ਮਿੱਟੀ ਵ ਤੇ ਉੱਥੇ ਦਾ ਪਾਣੀ ਜਾ ਨਹੀਂ ਰਿਹਾ ਪਾਣੀ ਤਾਂ ਉਹਦੇ ਸਾਈਡ ਤੋਂ ਲੰਘ ਗਿਆ ਸੋ ਆ ਜਿਹੜੀ ਮਿੱਟੀ ਵਾਲੀ ਜਿਹੜੀ ਜਿਹੜੀ ਵੀ ਜਗ੍ਹਾ ਸੀਗੀ ਜਿਹੜਾ ਮਲਬਾ ਇਹਦੇ ਦੁਆਰਾ ਛੱਡ ਦਿੱਤਾ ਗਿਆ ਇਹਨਾਂ ਨਦੀਆਂ ਦੁਆਰਾ ਕਿਸੇ ਸਮੁੰਦਰ ਵਿੱਚ ਡਿੱਗਣ ਤੋਂ ਪਹਿਲਾਂ ਇਹਨਾਂ ਨੂੰ ਤੁਸੀਂ ਕੀ ਨਾਮ ਦੇ ਰਹੇ ਹੋ ਇਹਨਾਂ ਨੂੰ ਤੁਸੀਂ ਡੈਲਟਾ ਦਾ ਨਾਮ ਦੇ ਰਹੇ ਹੋ ਹੋਪਸੋ ਡੈਲਟਾ ਟਰਮ ਕਲੀਅਰ ਹੋ ਗਈ ਹੋਣੀ ਆ ਹੁਣ ਆ ਗਿਆ ਸੀ ਵੇਵਸ ਕਾਦੀ ਗੱਲ ਕਰ ਰਹੇ ਆ ਸੀ ਵੇਵਸ ਦੀ ਗੱਲ ਕਰ ਰਹੇ ਆ ਸਮੁੰਦਰੀ ਲਹਿਰਾਂ ਸਮੁੰਦਰੀ ਲਹਿਰਾਂ ਦੀ ਗੱਲ ਦੇ ਵਿੱਚ ਨਾ ਹੁਣੇ ਤੁਸੀਂ ਸੀਟੈਟ ਦਾ ਪੇਪਰ ਚੁੱਕਿਓ ਮੈਨੂੰ ਲੱਗਦਾ ਮੈਂ 6 ਵੀਡੀਓਜ਼ ਬਣਾਈਆਂ ਸਈਆਂ 60 ਕੁਐਸਚ ਉਦੇ ਵਿੱਚ ਇੱਕ ਸੀ ਵੇਵਸ ਤੋਂ ਸੰਬੰਧਿਤ ਪ੍ਰਸ਼ਨ ਵੀ ਆਇਆ ਸਗਾ ਸੋ ਇਹ ਨਾ ਸੋਚਿਓ ਕਿ ਅਸੀਂ ਐਵੇਂ ਜਸ ਰੈਂਡਮਲੀ ਕੋਈ ਵੀ ਕਲਾਸ ਲੈ ਰਹੇ ਆ ਇਹ ਸਾਰੀਆਂ ਚੀਜ਼ਾਂ ਇੰਪੋਰਟੈਂਟ ਹੈਗੀਆਂ ਨੇ ਜੜੀਆਂ ਵੀ ਟਰਮਸ ਮੈਂ ਤੁਹਾਨੂੰ ਦੱਸ ਰਿਹਾ ਹੋ ਸਕਦਾ ਇਹਨਾਂ ਟਰਮਸ ਤੋਂ ਇੱਕ ਅਗਲੀ ਵਾਰ ਤੁਹਾਨੂੰ ਪ੍ਰਸ਼ਨ ਵੇਖਣ ਨੂੰ ਮਿਲੇ ਮੈਂ ਤੁਹਾਨੂੰ ਸਮਝਾ ਰਿਹਾ ਸਗਾ ਸੀ ਵੇਵਸ ਬਾਰੇ ਸਮੁੰਦਰੀ ਲਹਿਰਾਂ ਸਮੁੰਦਰੀ ਲਹਿਰਾਂ ਦੇ ਜਦੋਂ ਆਪਾਂ ਗੱਲ ਕਰਦੇ ਆ ਤਿੰਨ ਜ਼ਿਆਦਾ ਇੰਪੋਰਟੈਂਟ ਚੀਜ਼ਾਂ ਹੈਗੀਆਂ ਨੇ ਯਾਦ ਕਰ ਲਓ ਸੀ ਕੇਵ ਸਮੁੰਦਰੀ ਗੁਫਾਵਾਂ ਸੀ ਆਰਕ ਤੇ ਸਟੈਕ ਜਦੋਂ ਵੀ ਆਪਾਂ ਸਮੁੰਦਰ ਵਿੱਚ ਵੇਖਦੇ ਹਾਂ ਕਈ ਵਾਰ ਤੁਸੀਂ ਵੱਡੀਆਂ ਵੱਡੀਆਂ ਚਟਾਨਾਂ ਵੇਖਿਆ ਹੋਣਗੀਆਂ ਵੱਡੀਆਂ ਵੱਡੀਆਂ ਚਟਾਨਾਂ ਵੇਖਿਆ ਹੋਣਗੀਆਂ ਮੰਨ ਲਓ ਇੱਥੇ ਇੱਕ ਵੱਡੀ ਸਾਰੀ ਚਟਾਨ ਹੈਗੀ ਆ ਠੀਕ ਆ ਵੱਡੀ ਸਾਰੀ ਚਟਾਨ ਹੈਗੀ ਆ ਦੋ ਤਿੰਨ ਚਟਾਨਾਂ ਆਪਾਂ ਐਡ ਕਰ ਦਿੰਨੇ ਆ ਚਟਾਨ ਬਣ ਗਈ ਹੁਣ ਮੰਨ ਲਓ ਇਹ ਤਾਂ ਹੈਗਾ ਸਮੁੰਦਰ ਦੇ ਵਿੱਚ ਹੈ ਹੁਣ ਜਦੋਂ ਸਮੁੰਦਰੀ ਲਹਿਰਾਂ ਆਉਣ ਗਿਆ ਇਹਦੇ ਵਿੱਚ ਸਮੁੰਦਰੀ ਲਹਿਰਾਂ ਆਉਣ ਗਿਆ ਜਦੋਂ ਤੇ ਸਮੁੰਦਰੀ ਲਹਿਰਾਂ ਤੇਜ਼ ਤੇਜ਼ ਇਹਨਾਂ ਦੇ ਵਿੱਚ ਵੱਜਣ ਗਿਆ ਵੱਜਣ ਗਿਆ ਤੇਜ਼ ਵਜਨ ਕਰਕੇ ਹੋ ਸਕਦਾ ਇਹਦੇ ਵਿੱਚ ਨਿੱਕਾ ਜਿਹਾ ਸ਼ੇਕ ਹੋਵੇ ਹੁਣ ਸ਼ੇਕ ਦੇ ਵਿੱਚ ਜਦੋਂ ਜ਼ਿਆਦਾ ਪਾਣੀ ਜਾਊਗਾ ਇਹ ਸ਼ੇਕ ਦੇ ਵਿੱਚ ਜ਼ਿਆਦਾ ਪਾਣੀ ਜਾਣ ਕਰਕੇ ਇਹ ਸ਼ੇਕ ਜਿਹੜਾ ਹੋਊਗਾ ਵੱਡਾ ਹੋ ਜਾਊਗਾ ਸ਼ੇਕ ਹੋ ਜਾਏਗਾ ਵੱਡਾ ਤੇ ਇੱਕ ਟਾਈਮ ਇਹੋ ਜਾਵਣਾ ਕਿ ਜ਼ਿਆਦਾ ਵੱਡਾ ਹੋ ਜਾਊਗਾ ਇੰਨਾ ਵੱਡਾ ਹੋ ਗਿਆ ਸ਼ੇਕ ਇੰਨਾ ਵੱਡਾ ਹੋ ਗਿਆ ਤੇ ਇਹਨੂੰ ਕੀ ਨਾਮ ਦਵਾਂਗੇ ਆਪਾਂ ਇਹਨੂੰ ਆਪਾਂ ਨਾਮ ਦਵਾਂਗੇ ਸੀਕੇਵ ਦਾ ਸੀਕੇਵ ਦਾ ਆਪਾਂ ਇਹਨੂੰ ਨਾਮ ਦਿੰਨੇ ਆ ਇੱਕ ਟਮ ਕਲੀਅਰ ਹੋ ਗਈ ਹੁਣ ਗੱਲ ਆਉਂਦੀ ਹੈ ਕਿ ਸੀ ਆਰ ਕੀ ਹੁੰਦੀ ਹੈ ਨਾਲੇ ਗੱਲ ਸੁਣਿਓ ਕਿ ਆ ਜਿਹੜਾ ਕਹਿ ਸਕਦੇ ਆ ਨਾ ਜਿਹੜੀ ਸੀ ਕੇ ਵੇਗੀ ਆਰ ਪਰ ਨਹੀਂ ਲੰਘਣਾ ਇਹਨੇ ਦੂਜੇ ਸਾਈਡ ਤੋਂ ਨਹੀਂ ਨਿਕਲਣਾ ਇਸ ਪਾਣੀ ਨੇ ਜਿਹੜਾ ਇਹਦੇ ਵਿੱਚ ਪਾਣੀ ਪੈ ਰਿਹਾ ਸੀ ਜਿਹਦੇ ਨਾਲੇ ਸ਼ੇਕ ਬਣਿਆ ਇੱਕ ਪਾਸੇ ਹੋਰ ਸੀ ਮੰਨ ਲਓ ਵੀ ਪਾਣੀ ਜਿਹੜਾ ਸੀਗਾ ਤੇਜ਼ ਤੇ ਜਾ ਰਿਹਾ ਸੀਗਾ ਤੇ ਇਹਦੇ ਆਰ ਪਰ ਲੰਘਣਾ ਸ਼ੁਰੂ ਹੋ ਗਿਆ ਮਤਲਬ ਕਿ ਜੇ ਤੁਸੀਂ ਵੇਖੋਗੇ ਨਾ ਇਹਦੇ ਦੂਜੀ ਸਾਈਡ 'ਤੇ ਤੁਹਾਨੂੰ ਪਾਣੀ ਵਿਖੇਗਾ ਮਤਲਬ ਕਿ ਇਸ ਪੱਥਰ ਦੇ ਵਿੱਚ ਸ਼ੇਕ ਹੋ ਗਿਆ ਸਿਰਫ ਆ ਜੀ ਰਹਿ ਗਈ ਆ ਸਿਰਫ ਆ ਜੀ ਰਹਿ ਗਈ ਚਟਾਨ ਦੀ ਬਾਕੀ ਇਧਰ ਸ਼ੇਕ ਹੋ ਗਿਆ ਪੂਰਾ ਅੰਦਰ ਤੱਕ ਤੇ ਇਹਨਾਂ ਨੂੰ ਤੁਸੀਂ ਸੀ ਆਰਕ ਦਾ ਨਾਮ ਦਿੰਨੇ ਹੋ ਕਾਦਾ ਨਾਮ ਦਿੰਨੇ ਹੋ ਸੀ ਆਰਕ ਐਸ ਈ ਏ ਸੀ ਏ ਆਰ ਸੀ ਐਚ ਆਰਕ ਬਟ ਹੋ ਸਕਦਾ ਨੈਕਸਟ ਟਾਈਮ ਦੀ ਮੈਂ ਗੱਲ ਕਰ ਰਿਹਾ ਹੋ ਸਕਦਾ ਕਿ ਆ ਜਿਹੜਾ ਹਿੱਸਾ ਸਿਕਾ ਆ ਇੱਕ ਹੋਰ ਹਿੱਸਾ ਵੇਖ ਰਿਹਾ ਹਾਂ ਅੱਡ ਹੋ ਜਵੇ ਨਾ ਤੋਂ ਇਹਨਾਂ ਦੇ ਵਿੱਚ ਪਾਣੀ ਇੰਨਾ ਤੇਜ਼ੀ ਨਾਲ ਲੰਘ ਰਿਹਾ ਸਿਕਾ ਕਿ ਆ ਜਿਹੜਾ ਹਿੱਸਾ ਹੈ ਨਾ ਇਹਨਾਂ ਦੋਨਾਂ ਤੋਂ ਅਲੱਗ ਹੋ ਜਵੇ ਅਲੱਗ ਜਾ ਹੋ ਜਵੇ ਜ ਉਹਨੂੰ ਆਪਾਂ ਕੀ ਕਹਿੰਨੇ ਆ ਉਹਨਾਂ ਨੂੰ ਆਪਾਂ ਸਟੈਕ ਕਹਿੰਨੇ ਆ ਕੀ ਕਹਿੰਨੇ ਆ ਸਟੈਕ ਕਹਿੰਨੇ ਆ ਤਿੰਨੇ ਆਟਰਮਸ ਕਲੀਅਰ ਹੋ ਗਈਆਂ ਇੱਕ ਹਿੱਸਾ ਸਿਗਾ ਜਿਹਦੇ ਵਿੱਚ ਕੇਵ ਬਣ ਗਈ ਗੁਫਾ ਬਣ ਗਈ ਦੂਸਰੇ ਵਿੱਚ ਦੇਖੋ ਤੁਸੀਂ ਜਦੋਂ ਆਰ ਪਰ ਇਹਦੇ ਪਾਣੀ ਜਾਣਾ ਸਟਾਰਟ ਹੋ ਗਿਆ ਉਹਨੂੰ ਤੁਸੀਂ ਆਰਕ ਕਹਿ ਰਹੇ ਹੋ ਸੀ ਆਰਕ ਦੂਜਾ ਸਟੈਕ ਹੈ ਜਿਹੜਾ ਕਿ ਇਹਨਾਂ ਤੋਂ ਬਿਲਕੁਲ ਅਲੱਗ ਹੋ ਗਿਆ ਸਮੁੰਦਰੀ ਲਹਿਰਾ ਤੋਂ ਬਣਨ ਵਾਲੀਆਂ ਜਿਹੜੀਆਂ ਲੈਂਡਫਾਰਮਸ ਹੁੰਦੀਆਂ ਨੇ ਇਹ ਵੀ ਕਲੀਅਰ ਹੋ ਗਈਆਂ ਹੁਣ ਵੇਖ ਲੈਨੇ ਆਪਾਂ ਜੜੀਆਂ ਜੜੀਆਂ ਵਿੰਡਸ ਹੁੰਦੀਆਂ ਨੇ ਹਵਾਵਾਂ ਹੁੰਦੀਆਂ ਨੇ ਹਵਾਵਾਂ ਤੁਹਾਨੂੰ ਪਤਾ ਆ ਹਵਾਵਾਂ ਨਾਲ ਵੀ ਕੁਝ ਆਕਿਰਤੀਆਂ ਬਣਦੀਆਂ ਨੇ ਜ਼ਿਆਦਾਤਰ ਆਪਾਂ ਰੇਗਿਸਤਾਨ ਦੀ ਗੱਲ ਕਰਾਂਗੇ ਰੇਗਿਸਤਾਨ ਦੇ ਵਿੱਚ ਤੁਸੀਂ ਮਸ਼ਰੂਮ ਰੌਕਸ ਵੇਖਿਆ ਕਦੇ ਕੁਝ ਇਸ ਤਰ੍ਹਾਂ ਦੀਆਂ ਰੌਕਸ ਹੁੰਦੀਆਂ ਨੇ ਵੇਖੋ ਤੁਸੀਂ ਧਿਆਨ ਨਾਲ ਕਿ ਕਈ ਵਾਰ ਨਾ ਇਸ ਤਰ੍ਹਾਂ ਦੇ ਰੌਕਸ ਵੇਖਣ ਨੂੰ ਮਿਲਿਆ ਹੋਣਗੇ ਤੁਹਾਨੂੰ Google ਕਰ ਲਿਓ ਮਸ਼ਰੂਮ ਰੌਕਸ ਹਵਾਵਾਂ ਤੇਜੀ ਨਾਲ ਆਉਂਦੀਆਂ ਨੇ ਚਟਾਨ ਪਹਿਲਾਂ ਇਸ ਤਰ੍ਹਾਂ ਦੀ ਹੁੰਦੀ ਆ ਬਟ ਜਦੋਂ ਹਵਾ ਲੱਗਦੀ ਆ ਹਵਾ ਲੱਗਣ ਕਰਕੇ ਇਹ ਕੀ ਹੁੰਦੀਆਂ ਨੇ ਜੀ ਆ ਇਹਨਾਂ ਦਾ ਜਿਹੜਾ ਕਹਿ ਸਕਦੇ ਹਾਂ ਥੱਲਿਓ بیس ਜਿਹੜਾ ਹੁੰਦਾ ਆ ਕਿਸ ਜਾਂਦਾ بیس ਕਿਸਣ ਕਰਕੇ ਉੱਪਰਲਾ ਜਿਹੜਾ ਹੈਗਾ ਆ ਇਹ ਕੁਝ ਮਸ਼ਰੂਮ ਸ਼ਾਪਸ ਸ਼ੇਪ ਦੀ ਜਿਹੜੀ ਚੀਜ਼ ਹੈਗੀ ਆ ਬਣੀ ਬਣੀ ਰਹਿ ਜਾਂਦੀ ਆ ਮਸ਼ਰੂਮ ਰੈਕਸ ਰਹਿ ਜਾਂਦੀਆਂ ਨੇ ਇਹ ਸਾਰਾ ਸਾਰੀਆਂ ਕਿਰਿਆਵਾਂ ਹਵਾਵਾਂ ਨਾਲ ਹੁੰਦੀਆਂ ਨੇ ਲੱਖਾਂ ਸਾਲ ਲੱਗ ਜਾਂਦੇ ਆ ਹਜ਼ਾਰਾਂ ਸਾਲ ਲੱਗ ਜਾਂਦੇ ਆ ਇਸ ਕਿਰਿਆ ਨੂੰ ਹੋਣ ਦੇ ਵਿੱਚ ਅ ਹਵਾਵਾਂ ਤੋਂ ਕਿਹੜੀ ਸ਼ੇਪ ਬਣਦੀ ਆ ਇੱਕ ਸ਼ੇਪ ਨੂੰ ਤੁਸੀਂ ਸਮਝ ਲਿਆ ਦੂਸਰੀ ਜਿਹੜੀ ਸ਼ੇਪ ਬਣਦੀ ਆ ਉਹ ਹੁੰਦੀ ਆ ਜੀ ਸੈਂਡ ਡਿਊਨਸ ਬਾਲੂ ਟਿੱਬੇ ਸੁਣਿਆ ਤੁਸੀਂ ਬਾਲੂ ਟਿੱਬੇ ਬਾਲੂ ਟਿੱਬੇ ਜਦੋਂ ਹਵਾਵਾਂ ਨਾਲ ਮਿੱਟੀ ਦੇ ਜਿਹੜੇ ਧੂਲਕਣ ਹੈਗੇ ਆ ਰੇਗਿਸਤਾਨ ਦੇ ਵਿੱਚ ਉਹ ਲੈ ਜਾਂਦੇ ਜਾਂਦੇ ਆ ਦੂਜੀ ਥਾਂ ਤੇ ਰੱਖ ਦਿੱਤੇ ਜਾਂਦੇ ਆ ਤੇ ਵੱਡੇ ਸਾਰੇ ਟਿੱਲੇ ਬਣ ਜਾਂਦੇ ਆ ਟਿੱਬੇ ਬਣ ਜਾਂਦੇ ਆ ਉਹਨਾਂ ਨੂੰ ਤੁਸੀਂ ਬਾਲੂ ਟਿੱਬੇ ਕਹਿੰਦੇ ਹੋ ਸੈਂਡ ਡਿਊਨਸ ਕਹਿੰਦੇ ਹੋ ਅੰਗਰੇਜ਼ੀ ਵਿੱਚ ਸੈਂਡ ਡਿਊਨਸ ਬਾਰੇ ਸਮਝ ਗਏ ਤੇ ਕਈ ਵਾਰ ਵੈਸੀ ਜਸਟ ਨਾਰਮਲੀ ਆਪਾਂ ਕਹਿ ਦਿੰਨੇ ਆਂ ਵੀ ਮਿੱਟੀ ਧੂੜ ਕੰਕੜ ਜਿਹੜਾ ਕੀ ਹੈਗਾ ਆਇ ਕਥਾਂ ਤੋਂ ਦੂਜੀ ਥਾਂ ਤੇ ਲਿਆਏ ਜਾਂਦੇ ਆ ਇਹ ਕੋਈ ਬਹੁਤੇ ਵੱਡੇ ਟਿੱਲੇ ਨਹੀਂ ਹੁੰਦੇ ਇਹ ਨਿੱਕੇ ਹੀ ਹੁੰਦੇ ਆ ਇਹਨਾਂ ਨੂੰ ਤੁਸੀਂ ਲੋਇਸਟ ਕਹਿੰਦੇ ਹੋ ਲੋਇਸਟ ਕਹਿੰਦੇ ਹੋ ਲੋਇਸ ਲੋਇਸ L O E S ਰੇਤ ਰੇਤ ਤੋਂ ਜਿਹੜੇ ਬਣਦੇ ਹੈਗੇ ਆ ਜਾਂ ਫਿਰ ਹਵਾਵਾਂ ਦੁਆਰਾ ਜਿਹੜੀਆਂ ਕਿਰਿਆਵਾਂ ਕੀਤੀਆਂ ਜਾਂਦੀਆਂ ਨੇ ਮਸ਼ਰੂਮ ਰੌਕਸ ਬਾਰੇ ਸਮਝ ਲਿਆ ਮਸ਼ਰੂਮ ਰੌਕਸ ਤੋਂ ਬਾਅਦ ਸੈਂਡ ਡਿਊਨਸ ਬਾਰੇ ਸਮਝ ਲਿਆ ਲੋਇਸ ਬਾਰੇ ਸਮਝ ਲਿਆ ਲਾਸਟ ਟਾਪਿਕ ਰਹਿ ਗਿਆ ਆਪਣਾ ਬਸ ਗਲੇਸ਼ੀਅਰ ਦਾ ਗਲੇਸ਼ੀਅਰ ਦੁਆਰਾ ਵੀ ਹਵਾਵਾਂ ਤੋਂ ਤੁਸੀਂ ਵੇਖ ਲਿਆ ਕਿਵੇਂ ਆਕਿਰਤੀਆਂ ਬਣਦੀਆਂ ਨੇ ਹਵਾਵਾਂ ਤੋਂ ਸਮਝ ਲਿਆ ਸਮੁੰਦਰਾਂ ਤੋਂ ਵੀ ਸਮਝ ਲਿਆ ਸਮੁੰਦਰਾਂ ਦੇ ਨਾਲ ਨਾਲ ਆਪਾਂ ਹੋਰ ਕੀ ਸਮਝਿਆ ਸੀਗਾ ਹੋਰ ਨਦੀਆਂ ਦੁਆਰਾ ਵੀ ਸਮਝ ਲਿਆ ਕਿ ਨਦੀਆਂ ਦੁਆਰਾ ਕਿਵੇਂ ਤੁਹਾਨੂੰ ਜੜੀਆਂ ਆ ਦੋ-ਤਿੰਨ ਸ਼ੇਪਸ ਨੇ ਉਹ ਵੇਖਣ ਨੂੰ ਮਿਲਦੀਆਂ ਨੇ ਲੈਂਡ ਫਾਰਮਸ ਤੇ ਹੁਣ ਆਪਾਂ ਗੱਲ ਕਰ ਲੈਨੇ ਆ ਗਲੇਸ਼ੀਅਰ ਦੀ ਜਦੋਂ ਗਲੇਸ਼ੀਅਰ ਗਲੇਸ਼ੀਅਰ ਕੀ ਹੁੰਦਾ ਆ ਜਿਹਨੂੰ ਤੁਸੀਂ ਬਰਫ਼ ਵਗੈਰਾ ਕਹਿ ਦਿੰਦੇ ਹੋ ਜਦੋਂ ਸ਼ਿਮਲੇ ਵਗੈਰਾ ਜਾਣੇ ਉਹ ਵੇਖਦੇ ਹੋ ਨਾ ਤੇ ਉਹਨਾਂ ਦੁਆਰਾ ਵੀ ਕੁਝ ਆਕਿਰਤੀਆਂ ਬਣਾਈਆਂ ਜਾਂਦੀਆਂ ਨੇ ਕੀ ਬਣਾਈਆਂ ਜਾਂਦੀਆਂ ਨੇ ਹੁਣ ਕਿਉਂਕਿ ਜਦੋਂ ਵੇਖੋ ਗਲੇਸ਼ੀਅਰ ਦਾ ਜਿਹੜਾ ਕਹਿ ਸਕਦੇ ਆ ਪਾਣੀ ਹੈਗਾ ਜਾਂ ਜਾਂ ਫਿਰ ਬਰਫ਼ ਹੈਗੀ ਆ ਥੱਲੇ ਨੂੰ ਆਊਗੀ ਸਪੀਡ ਨਾਲ ਆਊਗੀ ਹੁਣ ਆਪਣੇ ਨਾਲ ਜਿਹੜੀ ਚਟਾਨ ਤੇ ਗਲੇਸ਼ੀਅਰ ਬਣਿਆ ਹੋਇਆ ਹੁਣ ਉਸ ਚਟਾਨ ਤੋਂ ਉਹਨੇ ਕੀ ਕਰਨਾ ਆ ਪੱਥਰ ਵਗੈਰਾ ਕੁਝ ਤਾਂ ਹੋਣਗੇ ਹੀ ਨਾ ਉਹਨਾਂ ਨੂੰ ਕੀ ਕਰਨਗੇ ਉਹ ਉਹਨਾਂ ਨੂੰ ਤੋੜਦੇ ਹੋਏ ਆਉਣਗੇ ਜਦੋਂ ਉਹਨਾਂ ਚੀਜ਼ਾਂ ਨੂੰ ਤੋੜਦੇ ਹੋਏ ਆਉਣਗੇ ਮਿੱਟੀ ਵਗੈਰਾ ਲਿਆ ਕੇ ਦੂਜੀ ਥਾਂ ਤੇ ਇਕੱਠੀ ਕਰ ਦੇਣਗੇ ਤੇ ਕੋਈ ਸ਼ੇਪ ਤਾਂ ਬਣੂਗੀ ਨਾ ਸੋ ਹਿਮਨਦੀ ਜਿਹੜੀ ਹੁੰਦੀ ਆ ਗਲੇਸ਼ੀਅਰ ਹੁੰਦੇ ਆ ਇਹਨਾਂ ਦੁਆਰਾ ਜਿਹੜੀਆਂ ਸ਼ੇਪਸ ਬਣਾਈਆਂ ਜਾਂਦੀਆਂ ਨੇ ਇਹਨਾਂ ਨੂੰ ਤੁਸੀਂ ਗਲੇਸ਼ੀਅਲ ਮੋਰੇਨਸ ਦਾ ਨਾਮ ਦਿੰਨੇ ਹੋ ਕਾਦਾ ਨਾਮ ਦਿੰਨੇ ਹੋ ਗਲੇਸ਼ੀਅਲ ਮੋਰੇਨਸ ਗਲੇਸ਼ੀਅਲ ਮੋਰੇਨਸ ਕੱਲੇ ਨਾਮ ਯਾਦ ਕਰ ਲਓ ਇਹ ਵੀ ਮੋਰ ਥਰਨ ਸਫੀਸ਼ੀਐਂਟ ਆ ਓਪਸੋ ਵੀਡੀਓ ਤੁਹਾਨੂੰ ਜਰੂਰ ਪਸੰਦ ਆਈ ਹੋਊਗੀ ਇੱਕ ਵਾਰ ਮੈਂ ਨਿਗਾਹ ਮਾਰ ਲੈਣਾ ਕੋਈ ਟੌਪਿਕ ਰਹਿ ਤਾ ਨਹੀਂ ਗਿਆ ਤੁਹਾਡਾ ਮੈਂ ਇਹਨਾਂ ਜਿਹੜੇ ਫਾਲਸ ਹੈਗੇ ਸੀ ਝਰਨੇ ਸੇ ਕੋ ਨਾਲ ਬਾਰੇ ਵੀ ਦੱਸਤਾ ਜਿਆਦਾ ਟਰਮਸ ਨਹੀਂ ਸੀਗੀਆਂ 10 12 ਟਰਮ ਸੀਗੀਆਂ ਬਟ ਐਗਜ਼ਾਮ ਪੁਆਇੰਟ ਆਫ View ਤੋਂ ਕਾਫੀ ਜਿਆਦਾ ਇੰਪੋਰਟੈਂਟ ਹੈ ਗਿਆ ਸੀ ਇਹ ਟਰਮਸ ਰਾਤ ਮੇਰੇ ਤੋਂ ਵੀਡੀਓ ਨਹੀਂ ਰਿਕਾਰਡ ਕਰ ਰਹੀ ਗਲਾ ਬੜਾ ਪੇਨ ਕਰ ਰਿਆ ਸੀਗਾ ਤੇ ਹੁਣ ਵੀ ਮੇਰੀ ਹਿੰਮਤ ਨਹੀਂ ਪਈ ਕਿ ਮੈਂ ਚੇਅਰ ਤੇ ਬੈਠ ਕੇ ਲੈਪਟਾਪ ਤੇ ਸਕਰੀਨ ਰਿਕਾਰਡਿੰਗ ਕਰਾਂ ਸੋ ਸ਼ਿਕਾਇਤ ਨਾ ਕਰਿਓ ਕਿ ਸਰ ਸਾਨੂੰ ਸਕਰੀਨ ਰਿਕਾਰਡਿੰਗ ਤੇ ਜਿਆਦਾ ਸਮ ਸਮਝ ਆਉਂਦਾ ਆ ਸੋ ਜਿਹੜਾ ਜਿਹੜੀ ਟਰਮਸ ਹੈਗੀਆਂ ਸੀ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਿਓ ਇਸ ਮਤਲਬ ਕੰਪਲੇਨਟ ਕਰਨ ਦੇ ਬਜਾਏ ਸੋ ਹੋਪਸੋ ਤੁਹਾਨੂੰ ਸਾਰੀਆਂ ਗੱਲਾਂ ਸਮਝ ਲੱਗੀਆਂ ਹੋਣਗੀਆਂ ਜੇਕਰ ਵੀਡੀਓ ਪਸੰਦ ਆਈ ਸਗੀ ਤਾਂ ਵੀਡੀਓ ਤੇ ਜਿਹੜਾ ਲਾਈਕ ਬਟਨ ਹੋਏਗਾ ਜੀ ਉਹ ਜਰੂਰ ਪ੍ਰੈਸ ਕਰਦੇ ਹੋ ਐਂਡ ਇਸ ਤਰ੍ਹਾਂ ਦੀਆਂ ਵੀਡੀਓਜ਼ ਪ੍ਰਾਪਤ ਕਰਦੇ ਰਹਿਣ ਲਈ ਬੈਲ ਆਈਕਨ ਪ੍ਰੈਸ ਕਰ ਲਿਓ ਮੇਰੇ ਦੁਆਰਾ ਕੋਸ਼ਿਸ਼ ਕੀਤੀ ਜਾਊਗੀ ਹਿਸਟਰੀ ਨਾਲ ਸੀ ਬਟ ਮੈਂ ਤੁਹਾਨੂੰ ਜੀਓਗ੍ਰਾਫੀ ਦੇ ਸਾਰੇ ਚੈਪਟਰ ਕਰਵਾ ਦਵਾਂ ਤੁਹਾਡੇ ਸੀਟ ਐਟ ਦੇ ਇਗਜ਼ਾਮ ਤੋਂ ਪਹਿਲਾਂ ਐਂਡ ਇਹ ਸਾਰੀਆਂ ਕਲਾਸਿਸ ਤੁਹਾਡੇ ਪੀਐਸਟੈਟ ਦੇ ਇਗਜ਼ਾਮ ਲਈ ਇੰਪੋਰਟੈਂਟ ਹੈਗੀਆਂ ਨੇ ਕਿਉਂਕਿ ਪੰਜਾਬੀ ਵਿੱਚ ਮੈਂ ਫੇਰ ਹੀ ਬਣਾ ਰਿਹਾ ਆ ਅਦਰਵਾਇਜ਼ ਮੈਂ ਹਿੰਦੀ ਵਿੱਚ ਵੀ ਬਣਾ ਸਕਦਾ ਸੀ ਬਟ ਆ ਕਿਉਂਕਿ ਆਪਣਾ ਜਿਹੜਾ ਚੈਨਲ ਹੈਗਾ ਯਾ ਮੇਨਲੀ ਪੰਜਾਬ ਦੀ ਆਡੀਅנס ਨੂੰ ਟਾਰਗੇਟ ਕਰਦਾ ਆ ਕਿਉਂਕਿ ਪੰਜਾਬ ਦੇ ਸਟੂਡੈਂਟ ਕਹਿੰਦੇ ਆ ਕਿ ਸਰ ਸਾਨੂੰ ਕੋਈ ਪੰਜਾਬੀ ਵਿੱਚ ਨਹੀਂ ਕਰਾਉਂਦਾ ਐਨਸੀਆਰਟੀ ਨੂੰ ਸੋ ਮੈਂ ਸੋਚਿਆ ਕਿ ਚਲੋ ਕਿਉਂ ਨਾ ਮੈਂ ਸ਼ੁਰੂਆਤ ਕਰਾਂ ਸੋ ਇਸ ਐਫਰਟ ਲਈ ਇੱਕ ਲਾਈਕ ਜ਼ਰੂਰ ਕਰ ਦਿਓ ਐਂਡ ਦੋਸਤੋ ਕਬਰਾਈਓ ਨਾ ਜਿਹੜੇ ਵੀ ਜਿਹੜਾ ਵੀ ਤੁਹਾਡਾ ਸਿਲੇਬਸ ਹੈਗਾ ਯਾ ਮੇਰੇ ਦੁਆਰਾ ਕੋਸ਼ਿਸ਼ ਕੀਤੀ ਜਾਊਗੀ ਮੈਂ ਕੰਪਲੀਟ ਕਰਵਾਦਾ ਹਾਂ ਸੋ ਇਸ ਦੇ ਨਾਲ ਹੀ ਦਿਓ ਇਜਾਜ਼ਤ ਥੈਂਕ ਯੂ ਸੋ ਮਚ ਫॉर